ਕਾਲੀਆ ਜੀ ਜਿਹਨਾਂ ਨੂੰ ਨੀਤਾ ਖੰਨਾ ਜੀ ਤਾਂ ਇਹ ਕਹਿ ਰਹੇ ਸਨ ਕਿ ਇਹ ਮੇਰੇ ਰੱਬ ਸਮਾਨ ਨੇ, ਮੇਰੇ ਪਿਤਾ ਸਮਾਨ ਨੇ, ਔਰ ਮੈਂ ਚਾਹੁੰਦੀ ਹਾਂ ਕਿ ਮੇਰੀ ਪ੍ਰਸਤੁਤੀ ਅਗਰ ਹੈ ਉਹਨਾਂ ਨੂੰ ਵੀ ਮੇਰਾ ਪਿਆਰ ਔਰ ਨਿੱਘਾ ਸਵਾਗਤ ਇਹਦੇ 'ਚ ਤਹਿ ਦਿਲ ਤੋਂ ਮਿਲੇ, ਔਰ ਮੈਂ ਉਹਨਾਂ ਦੇ ਮਾਣ ਔਰ ਸਨਮਾਨ ਨੂੰ ਰੱਖਦਿਆਂ ਹੋਇਆਂ ਉਸੇ ਤਰਜ਼ ਉਸੇ ਪਿਆਰ ਨਾਲ ਉਹਨਾਂ ਨੂੰ ਇੱਥੇ ਸਵਾਗਤ ਕਰਨਾ ਹਾਂ। ਸਾਡੇ ਵਿੱਚ ਡਾਕਟਰ ਐਸ ਐਸ ਅਰਸ਼ੀ, ਸਾਬਕਾ ਡਾਇਰੈਕਟਰ ਹਰਿਆਣਾ ਪੰਜਾਬੀ ਸਿਹਤ ਅਕੈਡਮੀ ਪੁੱਜੇ ਨੇ, ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਹਾਂ। ਚੌਹਾਨ ਸਾਹਿਬ ਦੀ ਤਾਂ ਜਿੰਨੀ ਤਾਰੀਫ ਕਰੀ ਜਾਏ ਉਨੀ ਥੋੜ੍ਹੀ ਹੈ। ਤੁਸੀਂ ਦੇਖ ਹੀ ਲਿਆ ਵੀ ਗਾਸੋ ਸਾਹਿਬ ਨੇ ਤਾਂ ਵਾਟੀ ਕੱਢ ਦਿੱਤੀ ਉਹਨਾਂ ਤਾਰੀਫ ਕਰਨ 'ਚ। ਹਰਿਆਣਾ ਰਾਸ਼ਟਰੀ ਸਿੱਖ ਸੰਗਤ ਦੇ ਸਾਡੇ ਹਰਜੀਤ ਸਿੰਘ ਮੋਂਗਾ ਜੀ, ਵਿਮਲ ਖੁਰਾਣਾ ਜੀ, ਔਰ ਸਾਡੇ ਸਾਰੇ ਪਿਆਰੇ ਰਾਈਟਰਸ ਔਰ ਮੇਰੇ ਸਾਥੀਓ ਜਿਨ੍ਹਾਂ ਦਾ ਨਾਮ ਮੈਂ ਨਹੀਂ ਲੈ ਰਿਹਾ, ਉਹਨਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ, ਲੇਕਿਨ ਮੇਰੀ ਵੀ ਇੱਕ ਸਮੇਂ ਸੀਮਾ ਹੈ। ਅਗਰ ਮੈਂ ਸਾਰਿਆਂ ਦੇ ਨਾਲ ਹਾਂ ਫਿਰ ਕੁਛ ਰਹਿ ਵੀ ਜਾਣਗੇ ਅਤੇ ਕੁਛ ਸਮਾਂ ਵੀ ਉਸ ਹਿਸਾਬ ਨਾਲ ਹੋ ਜਾਏਗਾ। ਮੈਂ ਬੜੀ ਕੋਸ਼ਿਸ਼ ਕਰਦਾ ਹਾਂ ਜ਼ਿੰਦਗੀ 'ਚ ਕਿ ਬਗੈਰ ਲਿਖੇ ਸਵਾਗਤ ਕਰੀਏ, ਬੋਲੀਏ, ਲੇਕਿਨ ਉਹ ਅਕਸਰ ਬਹੁਤ ਲੰਬਾ ਹੋ ਜਾਂਦਾ ਵਿਚਾਰਾਂ ਦੀ ਗੱਲ। ਅੱਜ ਮੈਂ ਆਪਣੇ ਆਪ ਨੂੰ ਬੰਨਣ ਵਾਸਤੇ ਬਹੁਤ ਚੰਦ ਔਰ ਲਿਮਿਟਿਡ ਪੁਆਇੰਟਸ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਇਸ ਹਰਿਆਣਾ ਪੰਜਾਬੀ ਸਿੱਖ ਅਕੈਡਮੀ ਦਾ, ਜਿਹਦੀ ਮਾਰਫਤ ਪੰਜਾਬੀ ਮਹਾਂ ਬੋਲੀ ਦਾ ਸੇਵਾ ਕਰਨ ਦਾ ਜੀਵਨ ਵਿੱਚ ਮੌਕਾ ਮਿਲਿਆ। ਮੈਨੂੰ ਅੱਜ ਵੀ ਯਾਦ ਹੈ ਜਦੋਂ 4 ਸਪਟੰਬਰ 2018 ਨੂੰ ਇਸੇ ਸਭਾਗਾਰ ਦੇ ਵਿੱਚੋਂ ਸਾਨੂੰ ਇਹ ਜ਼ਿੰਮੇਵਾਰੀ ਦਾ ਜੋ ਸਮਾਂ ਮਿਲਿਆ ਸੀ, ਸੰਸਕ੍ਰਿਤ ਦੇ ਸਾਡੇ ਡਾਇਰੈਕਟਰ ਚੇਅਰਮੈਨ, ਮੈਂ ਉਹਨਾਂ ਦਾ ਵੀ ਜੀ ਆਇਆਂ ਕਹਿੰਦਾ, ਇਸ ਸੇਵਾ ਦੇ ਦੌਰਾਨ ਇਸ ਪਲੇਟਫਾਰਮ ਦੀ ਮਦਦ ਨਾਲ ਤੁਸੀਂ ਦੇਖ ਲਓ ਗਾਸੋ ਸਾਹਿਬ ਜਿੱਥੇ ਜਾਂਦੇ ਨੇ ਉੱਥੇ ਨੋਟਾਂ ਦੀ ਬਾਰਿਸ਼ ਹੋ ਜਾਂਦੀ ਹੈ। ਅਸੀਂ ਤੁਹਾਨੂੰ ਨਾ ਸਪੀਚ ਤੇ ਖੁਸ਼ ਹੋ ਕੇ ਜਿਹਦੇ ਵੀ ਹੋਣ ਅਸੀਂ ਨਿਸ਼ਾਨੀ ਸੰਭਾਲ ਕੇ ਰੱਖੀ, ਲੈ ਜਾਣਾ ਮੇਰੇ ਦਿਨ ਹੀ ਹੈਗੇ ਆ, ਤੁਹਾਡੇ ਹੋਣਗੇ, ਇਹ ਵਰਸ਼ਾ ਤੁਹਾਡੇ ਘਰੋਂ ਹੀ ਹੋ ਸਕਦੀ ਹੈ। ਇਸ ਮੈਂ ਅਕੈਡਮੀ ਦਾ ਜਿੰਨੇ ਵੀ ਸ਼ਬਦਾਂ 'ਚ ਧੰਨਵਾਦ ਕਰਾਂ ਉਹਨਾਂ ਥੋੜ੍ਹਾ ਹੈ ਜੋ ਮਿਸ਼ਨ ਲੈ ਕੇ ਸਮਾਜ ਦੇ ਵਿੱਚ 2013-16 ਜੁੜਨ ਦਾ ਮੌਕਾ ਮਿਲਿਆ। ਉਸ ਸਫ਼ਰ ਨੂੰ ਅਗਰ ਕਿਸੇ ਨੇ ਹਵਾਈ ਜੋ ਕਹਿੰਦੇ ਨਾ ਵੀ ਰੋਡ ਤੋਂ ਬਾਅਦ ਉੜਨ ਦਾ ਮੌਕਾ ਮਿਲਦਾ ਤਾਂ ਉਹ ਅਕੈਡਮੀ ਹੈ। ਇਸ ਅਕੈਡਮੀ ਨੇ ਸਾਨੂੰ ਹਰਿਆਣੇ ਦੇ ਹਰ ਕੋਰਨਰ 'ਚ ਜਾ ਕੇ ਆਪਣੀ ਗੱਲ ਰੱਖਣ ਦਾ, ਮਾਨਯ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਦੇ ਵਿਚਾਰਾਂ ਨਾਲ ਸੰਗਤਾਂ ਨੂੰ ਅਵਗਤ ਕਰਾਉਣ ਦਾ, ਔਰ ਪੰਜਾਬੀ ਮਹਾਂ ਬੋਲੀ ਜਿਹੜੀ ਅਸੀਂ ਸੇਵਾ ਕਰ ਰਹੇ ਸੀ ਇਹਦੇ 'ਚ ਬਹੁਤ ਸਾਰੇ ਮੈਨੂੰ ਰੁੱਸੇ ਔਰ ਮੰਨੇ ਵੀਰ ਵੀ ਇਸ ਦੌਰ 'ਚ ਮਿਲੇ ਜਿਨ੍ਹਾਂ ਨਾਲ ਮੇਰਾ ਸੁਭਾਗ ਸੀ, ਉਹਨਾਂ ਸਾਰਿਆਂ ਨਾਲ ਦੁਬਾਰਾ ਜੁੜ ਕੇ ਅੱਗੇ ਵਧਣ ਦਾ ਮੈਨੂੰ ਮੌਕਾ ਮਿਲਿਆ। ਔਰ ਜਿਹੜੀ ਇਹ ਸਾਰੀ ਕਾਮਯਾਬੀ ਮੈਂ ਇਸ ਵਾਸਤੇ ਕਹਿ ਰਿਹਾ ਕਿ ਮੈਂ ਜੀਵਨ 'ਚ ਵੀ ਨਹੀਂ ਸੋਚਿਆ ਸੀ ਵੀ ਕਿਸ ਤਰ੍ਹਾਂ ਇੱਕ ਖੇਤੀ ਔਰ ਖੇਤੀ ਤੋਂ ਕੱਪੜੇ ਦੇ ਕਾਰੋਬਾਰ ਤੋਂ ਬਾਅਦ ਪਰਮਾਤਮਾ ਇੰਨੀ ਇੱਜ਼ਤ ਬਖਸ਼ੇਗਾ ਕਿ ਜਿਸ ਯੂਨੀਵਰਸਿਟੀਆਂ ਔਰ ਕਾਲਜਿਸ ਦੇ ਅਸੀਂ ਦਰਬਾਰ ਦੇ ਵੀ ਯੋਗੇ ਨਹੀਂ, ਉਹਨਾਂ ਦੇ ਅੰਦਰ ਵਾਈਸ ਚਾਂਸਲਰਾਂ ਨੇ ਔਰ ਪ੍ਰਿੰਸੀਪਲ ਨੇ ਸਾਡਾ ਦੁਆਰ ਦੇ ਉੱਪਰ ਸਵਾਗਤ ਕੀਤਾ ਹੈ, ਉਹ ਇਸ ਕੁਰਸੀ ਦੀ ਬਦੌਲਤ ਹੈ, ਉਹ ਇਸ ਸਰਕਾਰ ਦੀ ਵੱਡੀ ਸੇਵਾ ਦੀ ਬਦੌਲਤ ਹੈ,
ਪਰ ਸਾਡਾ ਇਹੀ ਪ੍ਰਯਾਸ ਰਿਹਾ ਅਸੀਂ ਗੁਰੂ ਨਾਨਕ ਸਾਹਿਬ ਨਾਲ ਕੁਛ ਕਦਮ ਚੱਲ ਕੇ ਉਹਨਾਂ ਲੋਕਾਂ ਨਾਲ ਉਹਨਾਂ ਦੀ ਜਿਸ ਭਾਸ਼ਾ 'ਚ ਉਹ ਸਮਝਦੇ ਨੇ ਉਸ ਭਾਸ਼ਾ 'ਚ ਗੱਲ ਕਰਕੇ ਉਹਨਾਂ ਦੇ ਵਿੱਚ ਵਿਚਰਨ ਦਾ। ਇੱਥੇ ਮੈਂ ਇੱਕ ਗੱਲ ਜ਼ਰੂਰ ਕਰਾਂਗਾ, ਅਕਸਰ ਬੀੜੀ ਕਾਲੀਆ ਜੀ ਜਿਹੜੇ ਲੋਕ ਉਰਦੂ ਬੋਲਦੇ ਨੇ ਉਹਨਾਂ ਨੂੰ ਇੱਕ ਮਜ਼ਹਬ ਨਾਲ, ਹਿੰਦੀ ਬੋਲਣ ਵਾਲਿਆਂ ਨੂੰ ਦੂਸਰੇ ਮਜ਼ਹਬ ਨਾਲ, ਔਰ ਪੰਜਾਬੀ ਬੋਲਣ ਵਾਲਿਆਂ ਨੂੰ ਲੋਕ ਵੱਖਰੇ ਮਜ਼ਹਬ ਨਾਲ ਗਿਣਦੇ ਸਨ। ਲੇਕਿਨ ਗੁਰੂ ਨਾਨਕ ਸਾਹਿਬ ਨੇ ਹਰ ਉਸ ਦੇਸ਼ 'ਚ ਜਾ ਕੇ, ਹਰ ਉਸ ਜਗ੍ਹਾ 'ਤੇ ਜਾ ਕੇ ਉਸ ਭਾਸ਼ਾ 'ਚ ਗੱਲ ਕੀਤੀ ਹੈ ਜਿਸ ਭਾਸ਼ਾ 'ਚ ਉੱਥੋਂ ਦਾ ਬੰਦਾ ਗੱਲ ਸਮਝਦਾ ਸੀ। ਕਿਉਂਕਿ ਜਿਹੜੀ ਇਹ ਭਾਸ਼ਾਵਾਂ ਨੇ ਇਹ ਕੇਵਲ ਔਰ ਕੇਵਲ ਕਮਿਊਨੀਕੇਸ਼ਨ ਦਾ ਮਾਧਿਅਮ ਨੇ, ਔਰ ਕਿਸੇ ਵੀ ਸ਼ਖਸੀਅਤ ਨੂੰ ਹਰ ਭਾਸ਼ਾ ਦਾ ਗਿਆਨ ਪ੍ਰਾਪਤ ਕਰਨ ਦਾ ਪੂਰਾ ਔਰ ਪੂਰਾ ਅਧਿਕਾਰ ਹੈ। ਇਸੇ ਪਲੇਟਫਾਰਮ ਤੋਂ ਮੈਂ ਤੁਹਾਨੂੰ ਜਿਵੇਂ ਜ਼ਿਕਰ ਕੀਤਾ ਕਿ ਮੈਨੂੰ ਵੱਖ ਵੱਖ ਯੂਨੀਵਰਸਿਟੀਆਂ ਜਾ ਕੇ ਆਪਣੀ ਗੱਲ ਕਰਨ ਦਾ ਮੌਕਾ ਮਿਲਿਆ। ਸਾਨੂੰ ਜਿਹੜੀ ਚਾਹੇ ਉਹ 2010 ਦੀ ਯਾਤਰਾ ਹੈ, 2013 ਦੀ ਯਾਤਰਾ ਹੈ ਰੋਹਤਕ ਤੋਂ ਰਿਆਸੀ, ਚਾਹੇ 2016 ਦੀ ਯਾਤਰਾ ਹੈ ਰਿਆਸੀ ਤੋਂ ਮਹਿਰੋਲੀ, ਚਾਹੇ ਉਸ ਦੇ ਦੌਰਾਨ ਦੁਨੀਆਂ ਦਾ ਸਭ ਤੋਂ ਵੱਡਾ ਕਿਲ੍ਹਾ ਜਿਹਦੀ ਖੋਜ 2016 'ਚ ਮਾਨਯੋਗ ਮੁੱਖ ਮੰਤਰੀ ਦੇ ਆਸ਼ੀਰਵਾਦ ਨਾਲ ਹੋਈ, ਚਾਹੇ ਉਸ ਤੋਂ ਬਾਅਦ 2018 ਦਾ ਸਿਰਸਾ ਦਾ ਪ੍ਰੋਗਰਾਮ ਹੈ, ਚਾਹੇ 2017 ਫਰਵਰੀ ਕਰਨਾਲ ਦਾ ਪ੍ਰੋਗਰਾਮ ਹੈ, ਚਾਹੇ 2017 ਨਵੰਬਰ ਜਮੁਨਾਨਗਰ ਦਾ ਪ੍ਰੋਗਰਾਮ ਹੈ, ਚਾਹੇ 3 ਜੂਨ ਦਾ 2016 ਦਾ ਲੋਹਗੜ੍ਹ ਦਾ ਪ੍ਰੋਗਰਾਮ ਹੈ, ਇਹਨੇ ਸਾਰੇ ਪ੍ਰੋਗਰਾਮਾਂ 'ਚ ਆਪਣੀ ਔਕਾਤ ਔਰ ਆਪਣੀ ਜਾਤ ਤੋਂ ਵੱਧ ਅਸੀਂ ਪ੍ਰੋਤਸਾਹਨ ਔਰ ਉਤਸ਼ਾਹ ਦੁਨੀਆਂ 'ਚ ਦੇਖਿਆ ਹੈ। ਅਸੀਂ ਕਦੀ ਸੋਚ ਨਹੀਂ ਸਕਦੇ ਸੀ ਕਿ ਇਸ ਛੋਟੇ ਜਿਹੇ ਪ੍ਰਯਾਸ ਨਾਲ ਇਹ ਨਿਮਾਣੇ ਜਿਹੇ ਬੰਦੇ ਮਿਹਨਤ ਕਰਕੇ ਇੰਨਾ ਵੱਡਾ ਇਕੱਠ ਕਰ ਲੈਣਗੇ। ਇਹ ਸਭ ਉਸ ਗੁਰੂ ਦੇ ਨਾਲ ਕੁਛ ਕਦਮ ਚੱਲਣ ਦਾ ਪ੍ਰਯਾਸ ਕੀਤਾ ਹੈ ਜਿਸ ਸਦਕੇ ਇੰਨਾ ਪਿਆਰ ਲੋਕਾਂ ਦਾ ਮਿਲਿਆ ਹੈ। ਮੈਂ ਇੱਥੇ ਦੋ ਸ਼ਬਦ ਆਪਣੇ ਪੜੇ ਭਾਈ ਨਰਿੰਦਰ ਸਿੰਘ ਵਿਰਕ ਬਾਰੇ ਜ਼ਰੂਰ ਕਹਿਣਾ ਚਾਹਾਂਗਾ, ਜਿਹੜਾ ਕਿਉਂਕਿ ਮੇਰੇ ਤੋਂ ਪਹਿਲਾਂ ਹੀ ਅਕੈਡਮੀ 'ਚ ਡਿਪਟੀ ਚੇਅਰਮੈਨ ਸਨ ਔਰ ਮੈਨੂੰ ਵੀ ਇਹਨਾਂ ਦਾ ਪਿਆਰ ਇੱਥੇ ਮਿਲਿਆ। ਜਿਹੜੀ ਜ਼ਿੰਮੇਵਾਰੀ ਬਤੌਰ ਮਾਸਟਰ ਦੀ ਕਲਾਸ 'ਚ ਹੁੰਦੀ ਹੈ ਜਾਂ ਅਕਸਰ ਸਾਡੀ ਭੈਣਾਂ ਦੀ ਆਪਣੇ ਬੱਚਿਆਂ ਦੇ ਪ੍ਰਤੀ ਹੁੰਦੀ ਹੈ, ਜਾਂ ਜਿਵੇਂ ਅਸੀਂ ਕਈ ਵਾਰ ਕੁਮਾਰ ਅਤੇ ਘੜੇ ਦਾ ਰਿਸ਼ਤਾ ਵੀ ਅਕਸਰ ਅਸੀਂ ਆਪਣੇ ਕਿਤਾਬਾਂ 'ਚ ਪੜ੍ਹਨੇ ਹਾਂ ਜਾਂ ਸੁਣਨੇ ਹਾਂ, ਵੀ ਮਾਸਟਰ ਨੂੰ ਕਈ ਵਾਰੀ ਅਸੀਂ ਸਖਤੀਆਂ ਆਪਣੇ ਜੀਵਨ 'ਚ ਆਪਣੇ ਬੱਚਿਆਂ ਨਾਲ ਕਰਨੀ ਪੈਂਦੀਆਂ ਨੇ ਜਿਹੜੀ ਉਹਨਾਂ ਬੱਚਿਆਂ ਨੂੰ ਉਸ ਵਕਤ ਅੱਛੀ ਨਹੀਂ ਲੱਗ ਰਹੀਆਂ ਹੁੰਦੀਆਂ। ਪਰ ਮੈਂ ਜੀਵਨ 'ਚ ਇਹ ਮਹਿਸੂਸ ਕੀਤਾ ਹੈ ਕਿ ਉਹ ਮਾਸਟਰ ਜਿਨ੍ਹਾਂ ਨੇ ਸਾਨੂੰ ਡੰਡੇ ਮਾਰੇ, ਉਹ ਮਾਸਟਰ ਜਿਹੜੇ ਸਾਡੇ ਨਾਲ ਡਿਸਿਪਲਿਨ 'ਤੇ ਰਹਿਣ ਵਾਸਤੇ ਸਾਨੂੰ ਮਜਬੂਰ ਕਰਦੇ ਸਨ, ਔਰ ਉਹਨਾਂ ਦੇ ਮੁਕਾਬਲੇ 'ਤੇ ਉਹ ਮਾਸਟਰ ਜਿਹੜੇ ਸਾਡੇ ਨਾਲ ਬੈਠ ਕੇ ਯਾਰੀ ਨਾਲ ਮਿੱਤਰਤਾ ਕਰਦੇ ਸਨ, ਸਾਨੂੰ ਅੱਜ ਵੀ ਡੰਡੇ ਵਾਲੇ ਮਾਸਟਰ ਦੀ ਜ਼ਿਆਦਾ ਯਾਦ ਆਉਂਦੀ ਹੈ ਜਿਨ੍ਹਾਂ ਨੇ ਸਾਨੂੰ ਡਿਸਿਪਲਿਨ 'ਚ ਰੱਖ ਕੇ ਇਸ ਲੈਵਲ 'ਤੇ ਪਹੁੰਚਣ ਦਾ ਮੌਕਾ ਦਿੱਤਾ ਹੈ। ਚਾਹੇ ਹੁਣ ਕੱਲ੍ਹ ਹੀ ਸਾਡੇ ਗੁਰੂ ਡਾਕਟਰ ਐਨ ਸੀ ਉਪਾਧਿਆ ਦਾ ਕਿਰਿਆ ਸੀ, 3 ਦਿਨ ਪਹਿਲੇ ਉਹਨਾਂ ਦੀ ਡੈਥ ਹੋਈ, ਅਤੇ ਪੂਰਾ ਹਿੰਦੁਸਤਾਨ ਉਹਨਾਂ ਦਾ ਇੱਕ ਚੈਲੰਜ ਹੁੰਦਾ ਸੀ, ਮੈਨੂੰ ਅੱਜ ਵੀ ਸੈਨਿਕ ਸਕੂਲ ਦੀ ਆਪਣੀ ਗੱਲ ਨਹੀਂ ਭੁੱਲਦੀ, ਉਹ ਉੱਥੇ ਮਸ਼ਹੂਰ ਸੀ ਕਿ ਡਾਕਟਰ ਐਨ ਸੀ ਉਪਾਧਿਆ ਦਾ ਜਿਹਨੂੰ ਇੱਕ ਥੱਪੜ ਪੈ ਗਿਆ ਉਹ ਬ੍ਰਿਗੇਡੀਅਰ, ਔਰ ਜਿਹਨੂੰ 2 ਪਏ ਉਹ ਜਨਰਲ, ਔਰ ਜਿਹਨੂੰ 4 ਪਏ ਉਹ ਚੀਫ ਆਫ ਦਾ ਆਰਮੀ ਸਟਾਫ ਬਣਿਆ। ਇਹ ਗੱਲ ਜਨਰਲ ਦੀਪਕ ਕਪੂਰ ਚੀਫ ਆਫ ਦਾ ਆਰਮੀ ਸਟਾਫ ਨੇ ਮੰਚ ਤੋਂ ਐਡਮਿਟ ਕੀਤੀ ਸੀ ਕਿ ਮੈਨੂੰ ਇਹਨਾਂ ਨੇ ਇੱਕ ਦਿਨ ਸ਼ਹਿਰ ਭੱਜ ਗਿਆ ਸੀ ਕਰਨਾਲ ਸੈਨਿਕ ਸਕੂਲ ਤੋਂ, ਅਤੇ ਸਵੇਰੇ ਆਉਣ 'ਤੇ ਚੰਗਾ ਕਟਾਪਾ ਤਾੜਿਆ ਸੀ, ਅਤੇ ਅੱਜ ਉਹ ਦੁਨੀਆ ਦਾ ਸਭ ਤੋਂ ਵੱਡਾ ਆਰਮੀ ਦਾ ਜਨਰਲ ਬਣਿਆ। ਔਰ ਮੈਂ ਹੁਣ ਇੱਕ ਹੋਰ ਜਨਰਲ ਦੀ ਵੀ ਗੱਲ ਕਰਾਂਗਾ, 4 ਦਿਨ ਪਹਿਲੇ ਚੰਡੀ ਮੰਦਰ ਤੁਹਾਡੇ ਬਿਲਕੁਲ ਨਾਲ ਹੈ ਇੱਥੋਂ ਦੇ ਲੈਫਟੀਨੈਂਟ ਜਨਰਲ ਗੁਰਪਾਲ ਸਿੰਘ ਜੀ ਸਾਂਘਾ, ਜਿਨ੍ਹਾਂ ਦਾ ਪੂਰਾ ਪਰਿਵਾਰ ਹੀ ਜਨਰਲਾਂ ਦਾ ਹੈਗਾ, ਉਹਨਾਂ ਦਾ ਕਰਨਾਲ ਕਿਸੇ ਕਾਰਨ ਆਉਣਾ ਹੋਇਆ, ਉੱਥੇ ਉਹਨਾਂ ਨੇ ਬਹਿ ਕੇ ਜਿਹੜੀ ਸਾਰੀ ਕਾਰਗੁਜ਼ਾਰੀ ਦੇਖੀ,
ਉਹਨਾਂ ਦਾ ਲੋਹਗੜ੍ਹ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਸੀ, ਕਿਧਰੋਂ ਸੁਣ ਕੇ ਆਏ ਸਨ। ਉਹਨਾਂ ਨੂੰ ਜਦੋਂ ਪ੍ਰੈਜੈਂਟੇਸ਼ਨ ਦਿਖਾਈ ਤਾਂ ਮੇਰੇ ਦੋਸਤ ਗਗਨਦੀਪ ਸਿੰਘ DDPO ਉਸ ਵਕਤ ਜੋ ਅੱਜ SCS ਅਫਸਰ ਔਰ ਜੁਆਇੰਟ ਕਮਿਸ਼ਨਰ ਨਗਰ ਨਿਗਮ ਕਰਨਾਲ ਔਰ KDB ਦੇ CEO ਵੀ ਹੈਗੇ ਨੇ, ਉਹਨਾਂ ਦੀ ਉਮਰ ਮੁਸ਼ਕਲ ਨਾਲ 40 ਸਾਲ ਹੋਣੀ ਹੈ ਗਗਨ ਦੀ, ਅਤੇ ਜਨਰਲ ਸਾਂਘਾ ਦੀ ਉਮਰ 60 ਸਾਲ। ਜਦੋਂ ਉਹ ਪ੍ਰੈਜੈਂਟੇਸ਼ਨ ਖਤਮ ਹੋਈ ਉਹਨਾਂ ਨੇ ਗਗਨ ਨੂੰ ਕਿਹਾ, ਗਗਨ ਤੇਰੇ ਪੈਰੇ ਹੱਥ ਲਾਉਣ ਨੂੰ ਜੀ ਕਰ ਰਿਹਾ, ਇੱਥੇ ਬੈਠੇ ਨੇ ਨਾਲ। ਮੈਨੂੰ ਸਮੇਂ ਯਾਦ ਆ ਗਿਆ ਕਿ ਜਦੋਂ ਉਹ ਗਗਨ ਨੇ ਖੋਜ ਕਰਕੇ ਉਹਦੇ 'ਚ ਅਗਵਾਈ ਕੀਤੀ ਸੀ, ਇਹੀ ਸ਼ਬਦ ਉਹਨੂੰ ਸੰਨ 17 ਦੀ ਇੱਕ ਮੀਟਿੰਗ 'ਚ ਮੈਂ ਕਹੇ ਸਨ, ਮੈਂ ਗਗਨ ਤੇਰੀ ਮੇਰੀ ਉਮਰ ਦਾ ਕੋਈ ਮੇਲ ਨਹੀਂ, ਤੂੰ ਮੇਰੇ ਛੋਟੇ ਭਰਾਵਾਂ ਤੋਂ ਵੀ ਛੋਟਾ ਹੈ, ਪਰ ਜੋ ਤੂੰ ਕਾਰਿਆ ਕੀਤਾ ਹੈ ਨਾ ਤੇਰੇ ਪੈਰੇ ਹੱਥ ਨਾਲ ਦਿਲ ਕਰਦਾ। ਉਹ ਐਸਾ ਵਕਤ ਆ ਜਾਂਦਾ ਜਿਹਦੇ ਕੋਲੋਂ ਜਿਹੜਾ ਵੀ ਸਮਾਜ ਨੂੰ ਲੀਡ ਕਰਦਾ, ਇਹ ਜ਼ਰੂਰੀ ਨਹੀਂ ਉਹ ਤੁਹਾਡੇ ਤੋਂ ਉਮਰ ਛੋਟਾ ਹੋਵੇ ਵੱਡਾ ਹੋਵੇ ਜਾਂ ਉਹਦੇ ਕੋਲ ਗਲਤੀਆਂ ਨਹੀਂ ਹੁੰਦੀਆਂ। ਮੈਂ ਵੀ ਆਪਣਾ ਤੁਹਾਨੂੰ ਓਪਨਲੀ ਸਾਰਿਆਂ ਦੇ ਸਾਹਮਣੇ ਕਹਿ ਸਕਦਾ ਕਿ ਇਸ 15-16 ਮਹੀਨੇ ਦੇ ਡਾਇਰੈਕਟਰ ਦੇ ਟੈਨਿਊਰ 'ਚ ਜਿਤਨਾ ਮੈਂ ਆਪਣੇ ਸਟਾਫ ਨੂੰ ਸ਼ਾਇਦ ਡਾਂਟਿਆ ਹੋਣਾ ਜਾਂ ਜਿੰਨਾ ਸਖਤੀ ਨਾਲ ਉਹ ਕੋਲ ਕੰਮ ਲਿਆਉਣਾ, ਓਨਾ ਹੀ ਮੈਂ ਅੱਜ ਇਸ ਮੰਚ ਤੋਂ ਦਾਅਵੇ ਨਾਲ ਕਹਿ ਸਕਦਾ ਕਿ ਮੇਰਾ ਸਟਾਫ ਉਤਨੇ ਹੀ ਅੱਜ ਕਾਬਲੇ ਤਾਰੀਫ ਹੈ। ਜਿਹੜੀ ਮੈਗਜ਼ੀਨ ਕੱਢਣ ਵਾਸਤੇ ਉਹਨਾਂ ਦੀ ਮੈਂ ਬਾਂਹ ਫੜ ਕੇ ਧੱਕੇ ਨਾਲ ਕਢਾਉਂਦਾ ਹੁੰਦਾ ਸੀ, ਅੱਜ ਉਹ ਪੂਰੀ ਮੈਗਜ਼ੀਨ ਕੱਢ ਦਿੰਦੇ ਨੇ ਅਤੇ ਮੈਨੂੰ ਉਹਦੇ 'ਚ ਇੱਕ ਗਲਤੀ ਵੀ ਨਹੀਂ ਮਿਲਦੀ। ਇਹ ਸਾਰਾ ਉਸ ਸਟਾਫ ਦਾ ਇੱਕ ਰਿਗਰਸ ਟ੍ਰੇਨਿੰਗ ਦਾ ਕਮਾਲ ਹੈ ਜੋ ਇਹ ਸਟਾਫ ਨੇ। ਮੈਂ ਤਾਂ ਇਹ ਵੀ ਕਹਾਂਗਾ ਕਿ ਜੋ ਅਕੈਡਮੀ 'ਚ ਮੈਨੂੰ 50-60 ਜਗ੍ਹਾ 'ਤੇ ਜਾ ਕੇ ਸੈਮੀਨਾਰਾਂ, ਯੂਨੀਵਰਸਿਟੀਆਂ, ਈਵਨ ਮੈਨੂੰ ਵਿਦੇਸ਼ਾਂ ਵਿੱਚ ਵੀ ਤੁਸੀਂ ਦੱਸੋ ਅਗਰ ਮਾਇਆ ਵੀ ਸਾਡੀ ਕੋਈ ਰੱਖ ਨਹੀਂ ਸਕਿਆ ਤੇ ਸਾਡੀ ਕਾਇਆ ਕੌਣ ਕਿਵੇਂ ਰੱਖ ਲਏਗਾ। ਮੇਰੇ ਦੁਬਾਰਾ ਉਸੇ ਗੱਲ ਨੂੰ ਦੁਬਾਰਾ ਸ਼ੁਰੂ ਕਰਦੇ ਹੋਇਆਂ, ਮੈਂ ਇੱਥੇ ਆਪਣੇ ਸਟਾਫ ਕੋਲੋਂ ਆਪਣੇ 16 ਮਹੀਨੇ ਦੇ ਦੌਰਾਨ ਜੇ ਕੰਮ ਲਈ ਕਿਸੇ ਨੂੰ ਵੀ ਡਾਂਟਿਆ ਹੋਵੇ ਔਰ ਉਹਦੀ ਗੱਲ ਉਹਦੇ ਦਿਲ 'ਤੇ ਚਲੀ ਗਈ ਹੋਵੇ ਤਾਂ ਮੈਂ ਅੱਜ ਇਸ 200 ਬੰਦੇ ਦੇ ਸਾਹਮਣੇ ਉਹਦੇ ਕੋਲੋਂ ਮਾਫ਼ੀ ਮੰਗਣ ਨੂੰ ਵੀ ਤਿਆਰ। ਔਰ ਮੈਂ ਵਿਰਕ ਸਾਹਿਬ ਨੂੰ ਤਾਂ ਕਹਾਂਗਾ ਕਿ ਵੀ ਉਹ ਵੀ ਅਗਰ ਮੇਰੇ ਅਕੈਡਮੀ ਦੇ ਦੌਰਾਨ ਕਾਰਜਕਾਰੀ ਕਰਕੇ ਕਿਸੇ ਵੀ ਕਾਰਨਾਂ ਤੋਂ ਅਗਰ ਉਹਨਾਂ ਦੇ ਮੇਰੇ ਵਿਚਾਰ ਫਰਕ, ਤਾਂ ਖੈਰ ਮੇਰੇ ਬੀਵੀ ਨਾਲ ਵੀ ਵਿਚਾਰ ਨਹੀਂ ਮਿਲਦੇ ਅਤੇ ਵਿਰਕ ਸਾਹਿਬ ਨਾਲ ਵਿਚਾਰ ਮਿਲਣਾ ਤਾਂ ਬਹੁਤ ਮੁਸ਼ਕਲ ਗੱਲ ਸੀ, ਪਰ ਫਿਰ ਵੀ ਕਈ ਵਾਰੀ ਇਹ ਡਾਇਰੈਕਟਰ ਇੱਕ ਐਸਾ ਅਹੁਦਾ ਹੁੰਦਾ ਹੈ, ਬਈ ਡਿਪਟੀ ਚੇਅਰਮੈਨ ਸੋਚਦਾ ਮੇਰਾ ਤਾਂ ਬਈ ਇੱਕ ਐਜੂਕੇਸ਼ਨਲ ਟ੍ਰਿਪਸ ਸੋਸ਼ਲ ਜ਼ਿੰਮੇਵਾਰੀਆਂ ਨੇ ਅਤੇ ਵੀ ਇਹ ਮਾਇਆ ਔਰ ਚੈੱਕ ਦੇ ਦਸਖਤ ਡਾਇਰੈਕਟਰ ਦੇ ਨੇ, ਸ਼ਾਇਦ ਇਹਨਾਂ ਨੇ ਮੇਰੇ ਨਾਲ ਕਈ ਵਾਰੀ ਕੰਪਰੋਮਾਈਜ਼ ਕੀਤਾ ਹੋਵੇ, ਅਗਰ ਇਹਨਾਂ ਨੂੰ ਵੀ ਕਿਤੇ ਮੇਰੇ ਇਸ ਕਾਰਗੁਜ਼ਾਰੀ ਦੇ ਦੌਰਾਨ ਕੋਈ ਵੀ ਮੇਰੀ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਮੈਂ ਉਹਦੀ ਵੀ ਇਹਨਾਂ ਕੋਲੋਂ ਸ਼ਮਾ ਚਾਹੁੰਦਾ ਹਾਂ। ਜਿਹੜਾ ਮੈਂ ਅਕੈਡਮੀ ਤੋਂ ਐਜ ਏ ਡਾਇਰੈਕਟਰ 16 ਸਾਲ ਪਾਇਆ ਹੈ ਉਹਦਾ ਮੈਂ ਸਦਾ ਰਿਣੀ ਰਹਾਂਗਾ, ਔਰ ਮੇਰਾ ਕੋਈ ਵੀ ਕਾਰਜ ਉਸ ਨੂੰ ਉਹ ਬਰਾਬਰੀ ਨਹੀਂ ਕਰ ਸਕਦਾ। ਅਸੀਂ ਤਾਂ ਹੁਣੇ ਹੀ ਡਾਕਟਰ ਚੰਦਰ ਤਰੀਕਾ ਨਾਲ ਹੱਸ ਰਿਹਾ ਸੀ ਵੀ ਅਸੀਂ ਤਾਂ ਉਸ ਸਮਾਜ ਦੇ ਲੋਕ ਹਾਂ ਜਿੱਥੇ ਅਸੀਂ ਉਸਟਾ ਵਰਾਗ੍ਰਹਿ ਲਗਣਮ ਗੀਤ ਗਯੰਤੀ ਗ੍ਰਦਮ ਹੈ ਪਰਸਪਰ ਪਰੋਸ਼ਸੰਤੀ ਓਹੋ ਧਵਨੀ ਓਹੋ ਰੂਪਮ। ਮੈਂ ਅਸੀਂ ਤਾਂ ਇਸ ਸਮਾਜ 'ਚ ਰਹਿੰਦੇ ਹਾਂ ਜਿੱਥੇ ਅਸੀਂ ਮਤਲਬ ਇੱਕ ਦੂਜੇ ਦੀ ਤਾਰੀਫ ਦੇ ਬਗੈਰ ਜ਼ਿੰਦਾ ਨਹੀਂ ਰਹਿ ਸਕਦੇ, ਪਰ ਸੱਚਾਈਆਂ ਨੂੰ ਫੇਸ ਕਰਨਾ, ਸੱਚਾਈਆਂ ਕਹਿਣੀਆਂ ਵੀ ਸਾਡੀ ਜ਼ਿੰਮੇਵਾਰੀਆਂ ਨੇ। ਅਗਰ ਖਾਲੀ ਅਸੀਂ ਪਰਸਪਰ ਪ੍ਰਸ਼ੰਸਾ ਹੀ ਕਰਦੇ ਜਾਵਾਂਗੇ
ਤੇ ਕਈ ਵਾਰੀ ਉਹਦੇ ਨਾਲ ਸਾਨੂੰ ਜੋ ਚਾਹੀਦਾ ਹੈ ਉਹ ਮਨ ਸਾਡਾ ਮਾਫ ਨਹੀਂ ਕਰਦਾ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੇ। ਪ੍ਰੋਗਰਾਮ ਪਹਿਲੇ ਕਾਫੀ ਲੇਟ ਹੈ ਪਰ ਤੁਸੀਂ ਜੋ ਮੈਨੂੰ ਇੱਥੇ ਮਾਣ ਬਖਸ਼ਿਆ ਹੈ ਔਰ ਹੁਣ ਵੀ ਜੋ ਮਾਨਯੋਗ ਮੁੱਖ ਮੰਤਰੀ ਨੇ ਜ਼ਿੰਮੇਵਾਰੀ ਬਖਸ਼ੀ ਹੈ ਮੈਂ ਉਸ ਨੂੰ ਵੀ ਆਪਣੇ ਤਨ ਮਨ ਧਨ ਨਾਲ ਪੂਰੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਔਰ ਤੁਹਾਡੇ ਸਾਰਿਆਂ ਦੇ ਸਾਥ ਦੀ ਹਮੇਸ਼ਾ ਕਾਮਨਾ ਕਰਾਂਗਾ ਔਰ ਆਏ ਸੱਜਣਾਂ ਨੂੰ ਸਾਰਿਆਂ ਨੂੰ ਮੈਂ ਤਹਿ ਦਿਲ ਤੋਂ ਸ਼ੁਕਰੀਆ ਧੰਨਵਾਦ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ। ਮਹਾਰਤ ਹਾਸਲ ਹੈ ਆਪਣੇ ਮੰਚ ਦੀ ਉਸ ਦੇ ਅਨੁਸਾਰ ਔਰ ਇਹ ਪਹਿਲਾਂ ਵੀ ਸਾਡੇ ਨਾਲ ਵਾਵਸਥਾ ਰਹੇ ਨੇ ਗਤੀਵਿਧੀਆਂ ਦੇ ਨਾਲ। ਸਾਡੇ ਕਾਲਜ 'ਚ ਵੀ ਫੰਕਸ਼ਨ ਕਰਵਾਇਆ ਸੀ, ਅਸੀਂ ਇੰਟਰਨੈਸ਼ਨਲ ਸਮਾਰੋਹ ਸੀ ਉਸ ਦੇ ਵਿੱਚ ਆਏ ਸਨ, ਤਸ਼ਰੀਫ ਲਿਆ ਸੀ। ਇਸ ਕਰਕੇ ਬਹੁਤ ਕੁਛ ਇਹਨਾਂ ਬਾਰੇ ਅਸੀਂ ਜਾਣਦੇ ਔਰ ਬਹੁਤ ਇਹਨਾਂ ਨੂੰ ਆਪਣੀ ਮਹਾਰਤ ਹਾਸਲ ਹੈ ਆਪਣੇ ਸ਼ਬਦਾਂ 'ਤੇ ਔਰ ਆਬੂਰ ਹਾਸਲ ਹੈ ਉਸ ਅਨੁਸਾਰ ਇਹ ਤੁਹਾਡੇ ਨਾਲ ਆਪਣੀ ਕਮਿਊਨੀਕੇਸ਼ਨ ਕਰਦੇ ਨੇ। ਲੇਕਿਨ ਸਾਡੇ ਜਿਹੜੇ ਨਵੇਂ ਨਵਨਿਯੁਕਤ ਡਾਇਰੈਕਟਰ ਨੇ ਸ਼੍ਰੀ ਸੁਨੀਲ ਦੱਤ ਵਿਸ਼ਿਸ਼ਟ ਜੀ, ਇਹ ਸਾਡੇ ਇਸ ਜ਼ਿੰਮੇਵਾਰੀ ਇਹਨਾਂ ਨੂੰ ਸਰਕਾਰ ਨੇ ਸੌਂਪੀ ਹੈ ਔਰ ਸਾਨੂੰ ਇਹਨਾਂ ਦਾ ਜਿਹੜਾ ਕੰਮ ਦਾ ਵੇਰਵਾ ਹੈ ਉਹ ਬਹੁਤ ਵਿਸਤ੍ਰਿਤ ਹੈ ਔਰ ਵਿੱਦਿਆ ਦਾ ਵੀ ਬੜਾ ਅੱਛਾ ਇਹਨਾਂ ਦਾ ਜਿੱਥੇ ਜ਼ਿਕਰ ਹੈ। ਬੀ ਕੌਮ ਇਹਨਾਂ ਨੇ ਡੀ ਏ ਵੀ ਕਾਲਜ ਤੋਂ ਅੰਬਾਲਾ ਤੋਂ ਕੀਤੀ ਹੈ, ਕੁਰੂਕਸ਼ੇਤਰਾ ਤੋਂ ਡਬਲ ਐੱਮ ਏ ਕੀਤੀ ਅਰਥ ਸ਼ਾਸਤਰ ਅਤੇ ਪੱਤਰਕਾਰਤਾ ਦੀ ਔਰ ਇਹ ਸਮਾਜ ਸੇਵਾ ਦੇ ਵਿੱਚ 1999 ਤੋਂ ਆਪਣਾ ਲੱਗੇ ਨੇ ਪ੍ਰਚਾਰਕ ਦੇ ਤੌਰ 'ਤੇ ਔਰ ਵੱਖ ਵੱਖ ਪ੍ਰਦੇਸ਼ਾਂ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਇਹਨਾਂ ਨੇ ਸਮਾਜ ਦੇ ਉੱਥਾਨ ਵਾਸਤੇ, ਧਾਰਮਿਕ ਉੱਥਾਨ ਵਾਸਤੇ, ਵਾਤਾਵਰਨ ਦੀ ਸ਼ੁੱਧਤਾ ਵਾਸਤੇ, ਰਾਸ਼ਟਰੀ ਏਕਤਾ ਦੀ ਸ਼ੁੱਧ ਦੇ ਵਾਸਤੇ ਔਰ ਫਿਰ ਇਹਨਾਂ ਨੇ ਜਿਹੜਾ ਹੈ ਹਿੰਦੀ ਦੇ ਇਹਨਾਂ ਦੀਆਂ ਪੁਸਤਕ ਹੈ ਜਿਹੜੀ 500 ਤੋਂ ਜ਼ਿਆਦਾ ਲੇਖ ਗੁਰਮੁਖੀ ਦੇ ਵਿੱਚ ਉਹਨਾਂ ਦਾ ਉਲੱਥਾ ਕਰਕੇ ਇਹਨਾਂ ਨੇ ਇਹਨਾਂ ਦੀ ਦੇਖ ਰੇਖ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ। ਵਾਤਾਵਰਨ ਦੇ ਨਾਲ ਸੰਬੰਧਿਤ ਇਹਨਾਂ ਦੀ ਜਿਹੜੀ ਸੰਸਥਾ ਹੈ ਪ੍ਰਕਿਰਤੀ ਉਹਦੇ ਫਾਊਂਡਰ ਮੈਂਬਰ ਨੇ ਔਰ ਆਪਸੀ ਭਾਈਚਾਰੇ ਨੂੰ ਵਧਾਉਣ ਲਈ ਵੀ ਇਹਨਾਂ ਨੇ ਸਾਂਝੀਵਾਲਤਾ ਨਾਂ ਦੀ ਇੱਕ ਸੰਸਥਾ ਦਾ ਆਰੰਭ ਕੀਤਾ ਔਰ ਹੁਣ ਡਾਕੂਮੈਂਟਰੀ ਦੇ ਨਾਲ ਵੀ ਚਿੱਤਰ ਭਾਰਤੀ ਹਰਿਆਣਾ ਚੈਪਟਰ ਦੀ ਸ਼ੁਰੂਆਤ ਕੀਤੀ। ਬਹੁਤ ਸਾਰੇ ਕੰਮ ਨੇ ਇਹਨਾਂ ਦੇ ਔਰ ਚੰਗੇ ਕੰਮ ਨੇ ਔਰ ਹੁਣ ਇਹਨਾਂ ਨੂੰ ਇੱਕ ਮੌਕਾ ਸਰਕਾਰ ਨੇ ਹਰਿਆਣਾ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਵਾਸਤੇ ਦਿੱਤਾ ਹੈ। ਅਸੀਂ ਸਾਰੇ ਇਹਨਾਂ ਦਾ ਸਵਾਗਤ ਕਰਦੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹ ਇਸ ਜ਼ਿੰਮੇਵਾਰੀ ਨੂੰ ਆਪਣੀ ਪੂਰੀ ਇਮਾਨਦਾਰੀ ਦੇ ਨਾਲ, ਨਿਸ਼ਠਾ ਦੇ ਨਾਲ ਔਰ ਨਿਭਾਉਣ। ਮੈਂ ਜਿਹੜਾ ਇੱਕ ਅੱਧਾ ਨੁਕਤਾ ਹੋਰ ਰਹਿ ਗਿਆ ਉਹ ਮੈਂ ਫਿਰ ਦੁਬਾਰੇ ਫਿਰ ਜਦੋਂ ਤੁਹਾਡੇ ਵਿੱਚ ਆਵਾਂਗਾ ਫਿਰ ਪੜ੍ਹਾਂਗਾ ਔਰ ਮੈਂ ਹੁਣ ਇਸ ਪਾਸੇ ਆਉਂਦੇ ਹਾਂ ਆਪਾਂ ਆਪਣੇ ਇਸ ਸੰਗੀਤਕ ਸਮਾਰੋਹ ਵਾਸਤੇ, ਸੱਭਿਆਚਾਰਕ ਸਮਾਰੋਹ ਵਾਸਤੇ। ਅੱਜ ਦੀ ਜਿਹੜੀ ਮੁੱਖ ਗਾਇਕਾ ਨੇ ਮੀਤਾ ਖੰਨਾ ਜੀ ਨੇ, ਇਹਨਾਂ ਦਾ ਨਾਂ ਗੁਰਮੀਤ ਕੌਰ ਖੰਨਾ ਜੀ ਹੈ ਪੂਰਾ ਨਾਂ, ਪਹਿਲਾਂ ਇਹ ਚੀਫ ਮੈਨੇਜਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਅਹੁਦੇ ਤੋਂ ਇਹਨਾਂ ਨੇ BRS ਲਿਖੀ ਹੈ ਔਰ ਇਹਨਾਂ ਦਾ ਮਾਟੋ ਜਿਹੜਾ ਹੈਗਾ ਸੰਗੀਤ ਹੀ ਜੀਵਨ ਹੈ ਔਰ ਇਹਨਾਂ ਨੇ ਵੋਕਲ ਲਾਈਟ ਮਿਊਜ਼ਿਕ ਦੇ ਵਿੱਚ ਪ੍ਰਭਾਕਰ ਕੀਤੀ ਹੈ ਔਰ ਇਹਨਾਂ ਦਾ ਜਿਹੜਾ ਗੁਰੂ ਨੇ ਉਹ ਡੌਲੀ ਗਲੇਰੀਆ ਜੀ ਨੇ, ਤੁਸੀਂ ਸਾਰੇ ਜਾਣਦੇ ਹੋ, ਜਿਹੜੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਦੀ ਪੁੱਤਰੀ ਨੇ ਔਰ ਇਹਨਾਂ ਦੇ ਅਦਬੀ ਗੁਰੂ BD ਕਾਲੀਆ ਹਮਦਮਦ ਜੀ ਨੇ, ਜਿਨ੍ਹਾਂ ਦੀ ਸੰਸਥਾ ਅਹਿਸਾਸ ਅਦਬੀ ਸੁਸਾਇਟੀ ਪੰਚਕੂਲਾ ਇਸ ਨੂੰ ਸਹਿਯੋਗ ਦੇ ਰਹੀ ਹੈ ਔਰ ਇਹਨਾਂ ਦੇ ਨਾਲ ਸੋਨੂੰ ਭੱਲਾ ਜੀ ਨੇ ਕੀਬੋਰਡ 'ਤੇ, ਮਿੰਟੂ ਜੀ ਨੇ ਢੋਲਕ 'ਤੇ, ਰਾਹੁਲ ਜੀ ਤਬਲੇ 'ਤੇ ਨੇ ਔਰ ਰਮੇਸ਼ ਜੀ
ਆਕੂਪੈਡ 'ਤੇ ਔਰ ਇਹ ਸਾਰਿਆਂ ਦਾ ਸਵਾਗਤ ਹੈ। ਔਰ ਸੁਮੇਸ਼ਵਰ ਦੱਤ ਜੀ ਡਾਇਰੈਕਟਰ ਸੰਸਕ੍ਰਿਤ ਅਕਾਦਮੀ ਇਹ ਤਸ਼ਰੀਫ ਲਿਆਏ ਨੇ, ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਤਹਿ ਦਿਲ ਤੋਂ। ਔਰ ਮੈਂ ਇਹ ਮੈਡਮ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮੰਚ 'ਤੇ ਤਸ਼ਰੀਫ ਲਿਆਉਣ, ਮੀਤੂ ਮੀਤਾ ਖੰਨਾ। ਔਰ ਜਦੋਂ ਤੱਕ ਇਹ ਤਸ਼ਰੀਫ ਲਿਆਉਂਦੇ ਨੇ ਉਦੋਂ ਤੱਕ ਮੈਂ ਤੁਹਾਡੇ ਨਾਲ ਕੁਛ ਸ਼ਬਦਾਂ ਦੀ ਸਾਂਝ ਪਾਉਣਾ ਕਿ ਜੀ ਕਰਦਾ ਖੰਡ ਬਣ ਜਾਵਾਂ, ਖੰਡ ਬਣ ਕੇ ਕੁੜੱਤਣ ਮਿਟਾਵਾਂ। ਦੋਸਤੋ, ਜੀ ਕਰਦਾ ਖੰਡ ਬਣ ਜਾਵਾਂ, ਖੰਡ ਬਣ ਕੇ ਕੁੜੱਤਣ ਮਿਟਾਵਾਂ। ਰਿਸ਼ਤੇ ਅੱਜ ਕੱਲ੍ਹ ਕੌੜੇ ਹੋ ਗਏ, ਦਿਲ ਲੋਕਾਂ ਦੇ ਸੌੜੇ ਹੋ ਗਏ। ਦਿਲਾਂ ਦੇ ਵਿੱਚ ਘੁਲਦਾ ਜਾਵਾਂ, ਦਿਲਾਂ ਵਿੱਚ ਮਿਠਾਸ ਵਧਾਵਾਂ। ਮਿਠਾਸ ਬਿਨਾਂ ਜੀਵਨ ਕੁਝ ਨਹੀਂ, ਨਿਗਾਸ ਬਿਨਾਂ ਜੀਵਨ ਕੁਝ ਨਹੀਂ। ਸਭ ਤੋਂ ਚੰਗਾ ਧਰਮ ਇਹੀ ਹੈ, ਸਭ ਤੋਂ ਚੰਗਾ ਕਰਮ ਇਹੀ ਹੈ। ਦਿਲਾਂ 'ਚ ਪਈ ਗੰਢ ਖੋਲੀਏ, ਰਿਸ਼ਤਿਆਂ ਵਿੱਚ ਖੰਡ ਘੋਲੀਏ। ਜੀ ਕਰਦਾ ਖੰਡ ਬਣ ਜਾਵਾਂ, ਖੰਡ ਬਣ ਕੇ ਕੁੜੱਤਣ ਮਿਟਾਵਾਂ। ਦੋਸਤੋ, ਤਾੜੀਆਂ ਮਾਰਦਾ ਥੋੜ੍ਹੀ ਜਿਹੀ ਮੈਨੂੰ ਹੋਰ ਮਿਹਰਬਾਨੀ, ਉਹਨਾਂ ਵਾਸਤੇ ਵੀ ਹੋਈਆਂ, ਮੇਰੇ ਵਾਸਤੇ ਵੀ ਹੋਈਆਂ। ਇੱਕੋ ਤਾੜੀ ਦੇ ਨਾਲ ਤੋਂ ਪਾਸੇ ਕੰਮ ਸਾਡਾ ਚੱਲ ਗਿਆ। ਔਰ ਦੋਸਤੋ, ਅਜਿਹੀ ਰੂਹ ਦੀ ਖੁਰਾਕ ਹੈ, ਇਸ ਸੰਗੀਤ ਦੇ ਨਾਲ ਹੀ ਤੁਸੀਂ ਪਰਮਾਤਮਾ ਨੂੰ ਪਾਉਂਦੇ ਹੋ। ਔਰ ਗੁਰੂ ਨਾਨਕ ਸਾਹਿਬ ਬਾਰੇ ਇੱਕ ਚਿੰਤਕ ਨੇ ਕਿਹਾ ਕਿ ਗੁਰੂ ਜੀ ਨੇ ਗਾਉਂਦਿਆਂ ਗਾਉਂਦਿਆਂ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਔਰ ਪ੍ਰਕਿਰਤੀ ਦੇ ਨਾਲ ਜਿਸ ਕਿਸਮ ਦੀ ਖੂਬਸੂਰਤ ਸਾਂਝ ਸ਼੍ਰੀ ਗੁਰੂ ਨਾਨਕ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੀ ਸੀ, ਆਪਾਂ ਵੀ ਸਾਡੇ ਮਨ ਦੇ ਵਿੱਚ ਵੀ ਇਸ ਕਿਸਮ ਦੇ ਖੂਬਸੂਰਤ ਜਜ਼ਬੇ ਔਰ ਭਾਵਨਾਵਾਂ ਹਲੋਰੇ ਲੈਣਗੀਆਂ। ਔਰ ਇਹਨਾਂ ਦੀ ਮੈਂ ਖੁਸ਼ਾਮਦੀਦ ਕਹਿਣਾ ਮੀਤਾ ਖੰਨਾ ਜੀ ਨੂੰ। ਔਰ ਤੁਹਾਡੇ ਵਿਚਕਾਰ ਜ਼ਿਆਦਾ ਸਮਾਂ ਨਾ ਰਹਿੰਦੇ ਹੋਏ ਇਹਨਾਂ ਨੂੰ ਗੁਜ਼ਾਰਿਸ਼ ਕਰਦਾ ਕਿ ਆਪਣੀ ਸੰਗੀਤਮਈ ਸੁਰਾਂ ਦੇ ਨਾਲ ਇਸ ਮਹਿਫਲ ਦੇ ਵਿੱਚ ਖੁਸ਼ਬੂ ਅਤੇ ਮਹਿਕ ਭਰ। ਬਹੁਤ ਬਹੁਤ ਸਵਾਗਤ। ਜਿਹੜੇ ਆਖਣ ਵਿੱਚ ਪੰਜਾਬੀ ਵਿਸਵਸ ਨਹੀਂ ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਮਨ ਦਾ ਮਾਸ ਖਵਾ ਦਿੰਦਾ ਹੈ ਜਿਹੜਾ ਇਹਨੂੰ ਪਿਆਰ ਕਰੇ, ਕੋਈ ਵੀ ਜਬਰਨ ਕਰ ਨਹੀਂ ਸਕਦਾ ਵਿੰਗਾ ਵਾਲ ਪੰਜਾਬੀ ਦਾ। ਪੰਜਾਬੀ ਸਾਡੀ ਰੂਹਾਂ ਦੇ ਵਿੱਚ ਵਸੀ ਹੋਈ ਹੈ, ਪੂਰੇ ਸੰਸਾਰ ਵਿੱਚ ਪੰਜਾਬੀ ਵਸਦੇ ਨੇ ਔਰ ਪੰਜਾਬੀਅਤ ਵਸਦੀ ਹੈ, ਪੰਜਾਬੀ ਜ਼ੁਬਾਨ ਵਸਦੀ ਹੈ। ਔਰ ਅੱਜ ਕੱਲ੍ਹ ਦੇ ਬਾਲੀਵੁੱਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਵੀ ਗਾਣਾ ਬਣਦਾ ਹੈ ਬਿਨਾਂ ਪੰਜਾਬੀ ਦੇ। ਇਸ ਕਰਕੇ ਪੰਜਾਬੀ ਨੂੰ ਸਨਮਾਨ ਦਿੰਦੇ ਹੋਏ ਬਾਬਾ ਫਰੀਦ ਜੀ ਦੇ ਕੁਛ ਸ਼ਲੋਕਾਂ ਨਾਲ ਮੈਂ ਸ਼ੁਰੂ ਕਰਾਂਗੀ ਅੱਜ ਦੀ ਸ਼ਾਮ। ਸਭ ਤੋਂ ਪਹਿਲੇ ਉਸ ਉੱਪਰ ਵਾਲੇ ਨੂੰ ਯਾਦ ਕਰ ਲੈਣਾ ਚਾਹੀਦਾ ਕਿਉਂਕਿ ਸੁਰਾਂ ਦੀ ਸਾਂਝ ਤਾਂ ਹੀ ਪੈਂਦੀ ਹੈ।
ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਅਸੀਂ ਦੁਨੀਆਂ ਦੇ ਉਸ ਹਿੱਸੇ 'ਚ ਰਹਿ ਰਹੇ ਹਾਂ ਜਿੱਥੋਂ ਕਿ ਇੱਕ ਬਹੁਤ ਵੱਡੀ ਸੋਚ, ਸੂਫੀ ਦੀ ਸੋਚ, ਸੂਫੀਜ਼ਮ ਦੀ ਸੋਚ ਮਿਲੀ ਸਾਰੇ ਸੰਸਾਰ ਨੂੰ, ਜਿੱਥੇ ਬਾਬਾ ਫਰੀਦ ਕਹਿੰਦੇ ਕਿ ਦੁਖੀ ਸੁਖੀ ਖਾਏ ਕੇ ਠੰਡਾ ਪਾਣੀ ਪੀ ਵਿਵੇਕ ਬਰਾਈ ਚੋਰੀ ਨਾ ਦੱਸਾਏ ਜੀ, ਉੱਥੇ ਹੀ ਬਾਬਾ ਬੁੱਲੇ ਸ਼ਾਹ ਕਹਿੰਦੇ ਕਿ ਕੰਜਰੀ ਬਣਿਆ ਮੇਰੀ ਇੱਜ਼ਤ ਨਾ ਘਟਦੀ, ਮੈਂ ਕੋ ਨੱਚ ਕੇ ਯਾਰ ਵੇਖ ਤੇ ਜਾਣ। ਔਰ ਮੀਰਾ ਮੀਰਾ ਨੇ ਦੱਸ ਕੇ ਸਹਿਤ ਦਾ ਪਿਆਰਾ, ਆਓ ਅਸੀਂ ਕੁਦਰਤ ਦੇ ਸਾਰੇ ਰੰਗਾਂ ਨੂੰ ਮਾਣ ਲਿਆ, ਅਮਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇਹ ਕੁਦਰਤ ਦੇ ਸਭ ਜਗ ਉੱਚਿਆ ਹੋ ਭਲੇ ਹੋ ਕੁਦਰਤ ਦੇ ਸਾਰੇ ਰੰਗਾਂ ਨੂੰ ਮਾਣ।
ਲਿਬਰਟੀ ਲੈ ਰਹੀ ਹਾਂ ਇੱਥੇ ਔਰ ਉਹਨਾਂ ਦੀ ਉਰਦੂ ਦੀ ਗਜ਼ਲ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹੁੰਦੀ ਹਾਂ ਇਫ ਯੂ ਪਰਮਿਟ ਬੜੀ ਰੋਮੈਂਟਿਕ ਗਜ਼ਲ ਹੈ ਕਿਸਨੇ ਛੇੜੀ ਹੈ ਯੇ ਤੇਰੇ ਜ਼ੁਲਫ ਲਹਿਰਾਨੇ ਕੀ ਬਾਤ ਸ਼ੋਖੀਆਂ ਰੁਖ ਪਰ ਹਯਾ ਆਂਖੋਂ ਕੇ ਪੈਮਾਨੇ ਕੀ ਬਾਤ ਛੇੜੀ
Thank you.
ਦੀਵਾਨੀ ਕੀ ਬਾਤ ਹੈ। ਇਹ ਦੀਵਾਨੀ ਦੀ ਪੰਜਾਬ ਨੈਸ਼ਨਲ ਬੈਂਕ ਹੈ ਜੋ ਵਰਕਿੰਗ ਸਟੀਮ ਜੱਜ ਹੈ। ਅਗੋ ਛੋੜ ਕਰ ਮੈਂ ਯਹਾਂ ਪਰ ਮੇਰੇ ਸਾਹਮਣੇ ਵੱਖ ਵੱਖ ਖੇਤਰਾਂ 'ਚੋਂ ਆਏ ਵਿਦਵਾਨ ਅਤੇ ਮੇਰੀ ਅਕਾਦਮੀ ਦੇ ਵਿੱਚ ਮੇਰੇ ਵੀਰ ਗੁਰਵਿੰਦਰ ਸਿੰਘ ਜਿਨ੍ਹਾਂ ਨੇ ਬਤੌਰ ਡਾਇਰੈਕਟਰ ਮੇਰੇ ਸਹਿਯੋਗੀ ਕੰਮ ਕੀਤਾ। ਹੁਣ ਮੇਰੇ ਅਕੈਡਮੀ ਦੇ ਵਿੱਚ ਨਾਮ ਨਿਯੁਕਤ ਆਏ ਡਾਇਰੈਕਟਰ ਸੁਨੀਲ ਵਸ਼ਿਸ਼ਟ ਜੀ, ਅੱਜ ਉਹਨਾਂ ਨਾਲ ਮੇਰੀ ਦੂਜੀ ਮੁਲਾਕਾਤ ਹੈ। ਇੱਕ ਅੰਦਰੋਂ ਬਾਹਰੋਂ ਨੇਕ ਇਨਸਾਨ ਦੇ ਰੂਪ ਮੇਰੇ ਸਾਹਮਣੇ ਉਹ ਪ੍ਰਗਟ ਹੋਏ ਨੇ। ਹਰਪਾਲ ਸਿੰਘ ਜੀ ਦਾ ਜੋ ਮੇਰੇ ਵੱਡੇ ਵੀਰ ਨੇ, ਰਾਜਨੀਤੀ ਖੇਤਰ 'ਚ ਉਹਨਾਂ ਦਾ ਇੱਕ ਆਪਣਾ ਨਾਂ ਹੈ, ਬਹੁਤ ਪਿਆਰ ਕਰਦੇ ਨੇ। ਹਮਦਮ ਸਾਹਿਬ ਨਾਲ ਸਾਂਝ ਹੈਗੀ ਹੈ, ਵੇਲੇ ਕੁਵੇਲੇ ਬੈਠਦੇ ਰਹੇ ਨੇ ਮੇਰੇ ਸਾਥੀ ਸੰਸਕ੍ਰਿਤ ਦੇ ਡਾਇਰੈਕਟਰ ਸੁਮੇਸ਼ਵਰ ਜੀ, ਜਿਨ੍ਹਾਂ ਦੇ ਨਾਲ ਮੈਂ ਆਪਣੀ ਜ਼ਿੰਦਗੀ ਦੇ 3.5 ਸਾਲ ਇਸ ਅਕਾਦਮੀ ਦੇ ਵਿੱਚ ਗੁਜ਼ਾਰੇ ਨੇ, ਬਹੁਤ ਮਾਣ ਦਿੱਤਾ ਹੈ। ਮੇਰੇ ਤੋਂ ਪਹਿਲਾਂ ਗੁਰਵਿੰਦਰ ਸਿੰਘ ਤੋਂ ਡਾਇਰੈਕਟਰ ਅਸ਼ਵਨੀ ਸਾਹਿਬ ਨਾਲ ਵੀ 2 ਸਾਲ ਕੰਮ ਕਰਨ ਦਾ ਮੌਕਾ ਮਿਲਿਆ, ਬਾਕੀ ਅਕੈਡਮੀਆਂ ਦੇ ਡਿਪਟੀ ਚੇਅਰਮੈਨ ਵੱਖ ਵੱਖ ਡਾਇਰੈਕਟਰਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਕਹਾਂਗਾ ਕਿ ਮੈਂ ਇੱਥੇ ਕੁਝ ਦੇਣ ਆਇਆ ਸਾਂ, ਨਹੀਂ, ਮੈਂ ਤਾਂ ਆਪਣੀ ਮਾਂ ਬੋਲੀ ਦਾ ਮੁੱਲ ਉਤਾਰ ਜਾਂ ਜ਼ਿੰਦਗੀ ਦੇ ਵਿੱਚ ਮੇਰੇ ਲਈ ਉਹ ਮਾਣ ਦੀ ਗੱਲ ਹੋਈ, ਕਿਉਂਕਿ ਜਦੋਂ ਮੈਂ ਪੜ੍ਹਨ ਲਈ ਤੁਰਿਆ ਸਾਂ ਸ਼ਾਇਦ ਮੈਂ ਉਸ ਲਾਇਕ ਨਹੀਂ ਸਾਂ ਹੈਗਾ, ਅਤੇ ਜਦੋਂ ਮੈਂ ਪ੍ਰੋਫੈਸਰ ਲੱਗਾ ਸਾਂ ਸ਼ਾਇਦ ਉਦੋਂ ਵੀ ਮੈਂ ਉਹਦੇ ਲਾਇਕ ਨਹੀਂ ਸਾਂ ਹੈਗਾ, ਅਤੇ ਜਦੋਂ ਮੈਂ ਉੱਥੋਂ ਹਟਿਆ ਅਤੇ ਮੈਨੂੰ ਮਾਂ ਨੇ ਕਿ UGC ਨੇ ਮੈਨੂੰ ਮੇਜਰ ਰਿਸਰਚ ਪ੍ਰੋਜੈਕਟ ਦਿੱਤਾ ਸੀ ਜਿਹਦੇ 'ਤੇ ਮੈਂ ਕੰਮ ਕੀਤਾ ਹੈ, ਜੋ ਮੈਡੀਟੇਸ਼ਨ ਦੇ ਖੇਤਰ ਦੇ ਵਿੱਚ ਹੈ। ਹਰਿਮੰਦਰ ਸਾਹਿਬ ਦੀ
ਤਸਵੀਰ ਦਿੱਤੀ ਗਈ ਹੈ, ਪਰ ਹਰਿਮੰਦਰ ਹਰ ਇਨਸਾਨ ਦੇ ਅੰਦਰ ਬੈਠਾ ਹੈ, ਕਿਉਂਕਿ ਉਹਦਾ ਪ੍ਰੈਕਟੀਕਲ ਰੂਪ ਇਹ ਹੈ ਕਿ ਮੈਂ ਧਰਤੀ 'ਤੇ ਡਿੱਗਿਆ ਹੋਇਆ ਇਨਸਾਨ ਸਾਂ, ਜਿਹਨੂੰ ਹਿੰਦੁਸਤਾਨ ਦੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ। ਪਰ ਮੈਨੂੰ ਮਾਣ ਹੈ ਕਿ ਹਰਿਆਣੇ ਦੇ ਨੇਕ ਦਿਲ ਇਨਸਾਨ ਮੁੱਖ ਮੰਤਰੀ ਨੇ ਮੈਨੂੰ ਇਹ ਮਾਣ ਨੇ ਪੋਸਟ ਦਿੱਤੀ ਅਤੇ ਉਹ ਹਰਿਮੰਦਰ ਕਰਕੇ ਹੀ ਮਿਲੀ ਹੈ। ਅਤੇ ਅੱਜ ਵੀ ਜਦੋਂ ਮੈਂ ਲਖਨਊ ਬੁਲਾਇਆ ਜਾ ਰਿਹਾ ਅਤੇ ਮੈਂ ਥੋੜ੍ਹੇ ਦਿਨ ਲਖਨਊ ਗਿਆ, ਉੱਥੇ ਲੈਫਟੀਨੈਂਟ ਜਨਰਲ ਜਿਹੜਾ ਸਟੈਪ ਸਿਟਿੰਗ ਹੈਗਾ ਹੈ, ਜਿੰਨਾ ਉਹਨੇ ਮਾਣ ਸਨਮਾਨ ਮੈਨੂੰ ਦਿੱਤਾ ਅਤੇ ਉੱਥੋਂ ਦੇ ਲਖਨਊ ਦੇ ਲੋਕ ਪਤਵੰਤੇ ਸੱਜਣ ਇਕੱਠੇ ਕੀਤੇ ਗਏ ਜਿਸ ਖੇਤਰ 'ਚ ਮੈਂ ਸੇਵਾ ਕਰਨ ਜਾ ਰਿਹਾ ਮੈਡੀਟੇਸ਼ਨ ਦੇ ਖੇਤਰ ਦੇ ਵਿੱਚ, ਤਾਂ ਉਸ ਤੋਂ ਕਦੀ ਸਮਾਂ ਮਿਲੇ ਇੱਥੇ 24 ਫਰਵਰੀ ਤੋਂ 1 ਮਾਰਚ ਤੱਕ ਸਾਡਾ ਮੈਡੀਟੇਸ਼ਨ ਦਾ ਕੈਂਪ ਲੱਗ ਰਿਹਾ 19 ਸੈਕਟਰ ਸਿੰਘ ਸਭਾ ਗੁਰਦੁਆਰਾ ਚੰਡੀਗੜ੍ਹ ਦੇ ਵਿੱਚ। ਇਸ ਟਾਈਮ ਦਿੱਲੀ ਬੰਬੇ ਚੱਲ ਰਿਹਾ, ਉਸ ਤੋਂ ਬਾਅਦ ਲਖਨਊ ਹੈ, ਫਿਰ ਦਿੱਲੀ ਹੈ, ਫਿਰ ਅਸੀਂ ਚੰਡੀਗੜ੍ਹ ਆਵਾਂਗੇ। ਅਤੇ ਕਦੀ ਸਮਾਂ ਮਿਲੇ ਪਠਾਨਕੋਟ ਤੋਂ ਡਲਹੌਜ਼ੀ ਜਾਂਦੇ ਹਾਂ, ਅਨੰਦਸਰ ਗੁਰਦੁਆਰਾ ਬਣਾਇਆ ਹੈ ਦਨੇਰਾ 25 ਏਕੜ ਦੇ ਵਿੱਚ, ਕਾਫੀ ਵਧੀਆ ਚੀਜ਼ ਬਣਾ ਰਹੇ ਹਾਂ। ਅਤੇ ਲੰਗਰ ਦੀ ਕਦੀ ਹੁਣ 28 ਤਰੀਕ ਤੋਂ ਉੱਥੇ ਆਰੰਭ ਕਰਤਾ, 28-29 ਨੂੰ 3 ਟਾਈਮ ਗੁਰੂ ਕਾ ਲੰਗਰ ਵੀ ਚੱਲਦਾ ਹੈ। ਇਹ ਉਸ ਪਰਮਾਤਮਾ ਦੀ ਅਸੀਸ ਹੈ, ਨਹੀਂ ਤਾਂ ਕਈ ਵਾਰੀ ਸਾਡੀਆਂ ਕਮੇਟੀਆਂ ਜਾਂ ਦੂਜੇ ਲੱਗਦੇ ਨੇ ਪਰ ਸਾਥ ਨਹੀਂ, ਪਰ ਉਸ ਪਰਮਾਤਮਾ ਨੇ ਲੱਖਾਂ ਨਹੀਂ ਕਰੋੜਾਂ ਦੇ ਹਿਸਾਬ ਨਾਲ ਉਹ ਮਾਇਆ ਕਰ ਦਿੰਦਾ ਹੈ। ਅਤੇ ਤੁਹਾਡੇ ਪੂਰੇ ਵਰਲਡ ਦੇ ਨਾਲ ਤੁਹਾਡੀਆਂ ਉਹ ਚੰਗੀਆਂ ਸ਼ਖਸੀਅਤਾਂ ਜੁੜਦੀਆਂ ਨੇ ਜਿਨ੍ਹਾਂ ਦੀ ਮੈਂ ਉਹਨਾਂ ਦਾ ਗਿਣਤੀ ਨਹੀਂ ਕਰ ਸਕਦਾ ਹੈਗਾ, ਉਹ ਕਿੱਥੋਂ ਸੀਸ ਮਿਲਦੀ ਹੈ। ਅਤੇ ਮੈਂ 3.5 ਸਾਲ ਦੇ ਵਿੱਚ ਹਰਿਆਣੇ ਨੂੰ ਤਾਂ ਖੈਰ ਕੀ ਦਿੱਤਾ ਹੋਣਾ ਹੈ ਜਾਂ ਸਰਕਾਰ ਨੂੰ ਕੀ ਦਿੱਤਾ ਹੋਣਾ ਹੈ, ਮੇਰੇ ਕੋਲ ਇੰਨੇ ਪੈਸੇ ਨਹੀਂ ਸਨ ਹੈਗੇ, ਮੇਰੇ ਬਾਪ ਕੋਲ ਵੀ ਸਨ, ਕਿ ਜੋ ਮੈਂ ਇੱਥੋਂ ਅਕੈਡਮੀਆਂ ਦੇ ਵਿੱਚੋਂ ਸੇਧ ਲੈ ਕੇ ਅਤੇ ਸਿੱਖਿਆ ਲੈ ਕੇ ਜਾ ਰਿਹਾ ਵਾਂ। ਮੇਰੇ ਸਾਥੀਆਂ ਨੇ ਕਿਸੇ ਨੇ ਕਿਹਾ ਸੀ ਕਿ ਸਭ 'ਤੇ ਵੀ ਜਦੋਂ ਔਰਤ ਦੀ ਨਜ਼ਰ ਪੈਂਦੀ ਹੈ ਤਾਂ ਉਹਦਾ ਹੋ ਜਾਂਦਾ ਹੈ, ਵੱਖ ਵੱਖ ਤਰ੍ਹਾਂ ਦੇ ਕਟਾਕਸ਼ ਮਿਲਦੇ ਨੇ। ਮੇਰੇ ਵੀਰ ਨੇ ਕਿਹਾ ਸੀ ਕੋਈ ਮਾੜਾ ਸ਼ਬਦ ਬੋਲਿਆ ਗਿਆ ਹੋਏ, ਮੇਰੇ ਲਈ ਕੋਈ ਸ਼ਬਦ ਕੋਈ ਕਿਹੋ ਜਿਹਾ ਬੋਲੇ ਮੇਰੇ 'ਤੇ ਕੀ ਅਸਰ ਹੋਣਾ ਹੈ, ਕਿਉਂਕਿ ਬਾਬਾ ਫਰੀਦ ਦੀ ਬਾਣੀ ਕਹਿ ਰਹੀ ਸੀ ਮੇਰੀ ਛੋਟੀ ਭੈਣ, ਬਾਬਾ ਫਰੀਦ ਨੇ ਇੱਕ ਬਚਨ ਬਹੁਤ ਵਧੀਆ ਕਿਹਾ, ਸਾਰੇ ਵਧੀਆ ਨੇ ਪਰ ਜੋ ਮੈਂ ਕਹਾਂਗਾ ਜ਼ਿੰਦਗੀ 'ਚ ਜੋ ਕੋਈ ਸ਼ਬਦ ਕਹੇ ਇਹ ਸ਼ਬਦ ਨੂੰ ਜ਼ਰੂਰ ਧਿਆਨ 'ਚ ਰੱਖਿਓ, ਫਰੀਦਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ, ਆਪਣੇ ਗਿਰੀਵਾਨ ਮੈਂ ਸਿਰ ਨਿਵਾਹ ਕਰ ਦੇਖ, ਜੇਕਰ ਮੈਂ ਕੁਝ ਸਮਝਣਾ ਚਾਹੁੰਦਾ ਜੋ ਕਰਨਾ ਚਾਹੁੰਦਾ ਮੈਂ ਆਪਣੇ ਅੰਦਰ ਖੁਦ ਝਾਤੀ ਮਾਰਾਂ ਕਿਉਂਕਿ ਮੇਰੇ ਅੰਦਰ ਖੁਦ ਕਾਲਖ ਹੈਗੀ ਹੈ। ਕਿਉਂਕਿ ਨਾਮ ਸਿਮਰਨ ਦੇ ਖੇਤਰ 'ਚ ਜਦੋਂ ਮੈਂ ਕਾਰਜ ਕੀਤਾ ਸੀ ਜਿੱਥੇ ਮੇਰੇ ਕਾਮਰੇਡ ਸਾਥੀ ਦੋਸਤ ਵੱਖ ਵੱਖ ਯੂਨੀਵਰਸਿਟੀਆਂ 'ਚ ਤੋਤਾ ਰਤਨ ਕਹਿੰਦੇ ਸਨ, ਮੈਂ ਉਹਨਾਂ ਨੂੰ ਅੱਜ ਵੀ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਚੈਲੰਜ ਕਰਕੇ ਕਹਿ ਦੇਣਾ ਵਾਂ ਕਿ 100 ਕਿਲੋਮੀਟਰ ਗੱਡੀ ਚਲਾ ਲਓ ਤੁਸੀਂ, ਪਹਿਲਾਂ BP ਚੈੱਕ ਕਰ ਲਿਆ ਜੇ, 100 ਕਿਲੋਮੀਟਰ ਬਾਅਦ ਚੈੱਕ ਕਰ ਲਿਆ ਜੇ, ਜਿਹੜਾ ਬੰਦਾ ਮੈਡੀਟੇਟ ਕਰੇਗਾ ਉਹਦਾ ਸੇਮ BP ਰਹੇਗਾ। ਉਹ ਪਹਿਲੀ ਅਵਸਥਾ ਹੈ, ਚਾਹੇ ਰਾਮ ਕਹੋ, ਗੋਪਾਲ ਕਹੋ, ਅੱਲਾ ਕਹੋ, ਵਾਹਿਗੁਰੂ ਕਹੋ, ਉਹ ਧੁਨ ਹੈ, ਸਾਊਂਡ ਹੈ, ਸਾਊਂਡ ਨਾਲ ਜੁੜਨਾ ਹੈ। ਅਤੇ ਜਿਹੜੀ ਨਾਮ ਦੀ ਅਗਲੀ ਅਵਸਥਾ ਲਾਸਟ ਹੈ, ਪ੍ਰੇਮ ਪਦਾਰਥ ਨਾਮ ਹੈ। ਜੇ ਕਿਸੇ ਮਨੁੱਖ ਦੇ ਹਿੰਦੂ, ਮੁਸਲਮਾਨ, ਈਸਾਈ, ਕ੍ਰਿਸਚੀਅਨ ਕੋਈ ਵੀ ਹੈਗਾ, ਉਹਦੇ ਅੰਤਰੀ ਵਿੱਚੋਂ ਪ੍ਰੇਮ ਪ੍ਰਗਟ ਹੋ ਰਿਹਾ ਹੈ, ਜਿਹੜੇ ਉਹਦੇ ਦੁਸ਼ਮਣ ਨੇ ਜਿਨ੍ਹਾਂ ਨੇ ਉਹਨਾਂ ਦਾ ਨੁਕਸਾਨ ਵੀ ਕੀਤਾ ਹੈ,
ਉਹਨਾਂ ਨਾਲ ਵੀ ਪ੍ਰੇਮ ਕਰ ਰਿਹਾ, ਇਟ ਮੀਨਸ ਉਹ ਮੈਡੀਟੇਟ ਕਰ ਰਿਹਾ, ਉਹ ਮੈਡੀਟੇਟ ਦੀ ਅਵਸਥਾ ਹੈਗੀ। ਇਸ ਤੋਂ ਅਗਲੀ ਅਵਸਥਾ ਜਿਹੜੀ ਹੈਗੀ ਹੈ ਮੈਡੀਟੇਸ਼ਨ ਦੀ, ਗੁਰਬਾਣੀ ਕਲੀਅਰ ਕਰਦੀ ਹੈ ਇੱਕੋ ਹੁਕਮ ਨਾਮ ਹੈ, ਜੋ ਉਹਦੇ ਹੁਕਮ ਨੂੰ ਪਰਮਾਤਮਾ ਦੇ ਨੂੰ ਜੋ ਮਿਲਿਆ, ਜੋ ਨਹੀਂ ਮਿਲ ਰਿਹਾ ਉਹ ਵੀ ਉਹਦੇ ਹੁਕਮ 'ਚ ਹੀ ਹੈ, ਉਹਨੂੰ ਖਿੜੇ ਮੱਥੇ ਸਵੀਕਾਰ ਕਰ ਲੈਣਾ, ਇਹੀ ਨਾਮ ਦੀ ਅਵਸਥਾ ਹੈਗੀ ਹੈ। ਜੇ ਅਸੀਂ ਉਸ ਚੀਜ਼ ਨੂੰ ਖਿੜੇ ਮੱਥੇ ਸਵੀਕਾਰ ਨਹੀਂ ਕਰਦੇ ਤਾਂ ਮੇਰੇ ਅੰਦਰ ਦੇ ਭਾਵ ਕੁਝ ਹੋਰ ਹੋਣਗੇ, ਬਾਹਰ ਦੇ ਭਾਵ ਕੁਝ ਹੋਰ ਹੋਣਗੇ। ਇਹ ਉਹਦੇ ਹੁਕਮ ਨੂੰ, ਉਹਦੇ ਭਾਣੇ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਹੀ ਨਾਮ ਹੈ। ਇਹ ਕੋਈ ਜ਼ਰੂਰੀ ਨਹੀਂ ਕਿ ਮੈਂ ਲੰਬੀ ਸਮਾਧੀ ਲਾਵਾਂ, ਇਹ ਕੋਈ ਜ਼ਰੂਰੀ ਨਹੀਂ ਕਿ ਮੈਂ ਗਾਵਾਂ। ਰਜਨੀਸ਼ ਨੇ ਕਿਹਾ ਸੀ, ਗੁਰੂ ਨਾਨਕ ਨੇ ਗਾਇਆ ਅਤੇ ਪਾਇਆ। ਮੇਰੀ ਭੈਣ ਗਾ ਰਹੀ ਸੀ, ਮੈਂ ਚਾਹੁੰਦਾ ਹਾਂ ਕਿ ਜਿੱਥੇ ਮੈਂ ਅਸੀਂ ਉਹ ਮੈਡੀਟੇਸ਼ਨ ਸੈਂਟਰ ਬਣਾ ਰਹੇ ਹਾਂ ਕਿ ਵੱਖ ਵੱਖ ਧੁਨਾਂ 'ਚੋਂ ਰੁੱਖਾਂ 'ਚੋਂ ਵੀ ਆਵਾਜ਼ ਸਿਮਰਨ ਦੀ ਆਏ। ਅਤੇ ਮੈਂ ਜਦੋਂ ਲਖਨਊ ਗਿਆ, ਉਹ ਜਿਹੜੇ ਲੈਫਟੀਨੈਂਟ ਜਨਰਲ ਸਨ ਉਹਨਾਂ ਦੀ ਬੀਵੀ ਦੇ ਹਰ ਕਮਰੇ 'ਚੋਂ ਵਾਹਿਗੁਰੂ ਦਾ ਛਾਪ ਚੱਲ ਰਿਹਾ ਸੀ, ਸੰਗੀਤਕ ਧੁਨਾਂ ਨਾਲ ਚੱਲ ਰਿਹਾ ਸੀ। ਅਤੇ ਸੰਗੀਤਕ ਧੁਨਾਂ ਦੀ ਮੈਂ ਸ਼ਕਤੀ ਤੁਹਾਨੂੰ ਦੱਸਣਾ, ਉੱਥੇ ਜਿਹੜੇ ਉਹਨਾਂ ਦੇ ਬਾਗ ਸੀ ਕਾਫੀ ਏਰੀਏ ਦੇ ਵਿੱਚ ਫੈਲਿਆ ਹੋਇਆ ਸੀ, ਅਤੇ ਉਹਨਾਂ ਏਰੀਏ ਦੇ ਵਿੱਚੋਂ ਵੀ, ਰੁੱਖਾਂ ਦੇ ਵਿੱਚੋਂ ਵੀ ਆਲੇ ਦੁਆਲੇ ਵਿੱਚੋਂ ਤੁਹਾਨੂੰ ਵਾਈਬ੍ਰੇਸ਼ਨ ਆ ਰਹੀ ਸੀ, ਉਹ ਵਾਹਿਗੁਰੂ ਦੇ ਜਾਪ ਦੀ ਆ ਰਹੀ ਸੀ। ਪਰ ਜਿਹੜੀ ਗੱਲ ਵੱਲ ਮੈਂ ਤੁਹਾਨੂੰ ਧਿਆਨ ਦੇਣਾ ਚਾਹੁੰਦਾ ਕਿ ਜਦੋਂ ਉਹਨਾਂ ਇੰਸਟਰੂਮੈਂਟ ਬੰਦ ਕੀਤਾ, ਥੋੜ੍ਹੀ ਦੇਰ ਬਾਅਦ ਇੰਸਟਰੂਮੈਂਟ ਫਿਰ ਆਪਣੇ ਆਪ ਵਾਹਿਗੁਰੂ ਚਲਾਉਣ ਲੱਗ ਪਏ। ਉਹਨੂੰ ਕੌਣ ਸਾਇੰਟੀਫਿਕ, ਵੈਸੇ ਔਨ ਕਰਨ ਲਈ ਬੰਦੇ ਦੇ ਹੱਥਾਂ ਦੀ ਸਪਰਸ਼ ਦੀ ਲੋੜ ਹੈ, ਉਹਨੂੰ ਕਿਹਨੇ ਔਨ ਕੀਤਾ, ਇਹ ਮੇਰੇ ਸਾਹਮਣੇ ਦੀ ਗੱਲ ਹੈ। ਕਿਉਂਕਿ ਉਹ ਵਾਹਿਗੁਰੂ, ਉਹ ਸ਼ਕਤੀ ਜੋ ਇਸ ਰੂਹਾਂ ਦੇ ਵਿੱਚ ਵਿਦਮਾਨ ਹੈਗੀ ਹੈ, ਜੋ ਡਾਕਟਰ ਮੈਨੂੰ ਕਹਿੰਦੇ ਸਨ ਤੁਸੀਂ ਚੱਲ ਨਹੀਂ ਸਕਦੇ, ਫਿਰ ਨਹੀਂ ਸਕਦੇ, 50 ਸਾਲ ਦੀ ਏਜ ਹੋ ਗਈ ਹੈ। ਮੇਰੇ ਨਾਲ ਪ੍ਰੋਫੈਸਰ ਕੈਮਿਸਟਰੀ ਦੇ ਸਨ, ਉਹਨਾਂ ਕਿਹਾ ਸਵਾਮੀ ਰਾਮਦੇਵ ਕਹਿੰਦੇ ਨੇ ਕਿ 50 ਸਾਲ ਦੀ ਉਮਰ ਦੇ ਵਿੱਚ ਜਿਹਨੇ ਯੋਗਾ ਨਹੀਂ ਕੀਤਾ ਹੈਗਾ, ਜਿਹਨੇ ਮੈਡੀਟੇਟ ਨਹੀਂ ਕੀਤਾ, ਉਹਨੂੰ ਹਾਲਾਸਨ ਨਹੀਂ ਕਰਨਾ ਚਾਹੀਦਾ। ਜਦੋਂ ਮੈਂ ਉਹਨਾਂ ਨਾਲ ਮਾਤਾ ਨਾਲ ਬਚਨ ਕੀਤਾ, ਉਹਨਾਂ ਆਖਿਆ ਜਦੋਂ ਮੈਂ ਮੈਡੀਟੇਟ ਕਰਾ ਰਹੀ ਹੋਵਾਂਗੀ ਪਰ ਸਭ ਤੁਸੀਂ ਹਾਲਾਸਨ ਕਰ ਲਿਆ ਜੀ। ਮੈਂ ਮੇਰੇ ਨਾਲ ਦੇ ਦੋਸਤ ਮਿੱਤਰ ਸੱਜਣ ਦਾ ਜਾਣਦੇ ਨੇ, ਮੈਂ ਕਦੀ ਕੀਤੀ ਨਹੀਂ, ਅੱਜ ਮੈਂ ਹਾਲਾਸਨ ਕੀ, ਮੈਂ ਸ਼ੀਸ਼ ਆਸਨ ਵੀ ਡੇਲੀ ਤਕਰੀਬਨ ਕਰਨ ਆਈ ਹੈ। ਅਤੇ ਮੈਂ ਜੋ ਜ਼ਿੰਦਗੀ 'ਚ ਪਾਇਆ ਹੈ ਉਹ ਵੰਡਣ ਲਈ ਜਾ ਰਿਹਾ ਸਾਂ। ਬਿਨਸਵਤ ਇਹ ਕੋਈ ਸਮਾਂ ਲਿਖਿਆ ਸੀ, ਮੇਰੇ ਵੱਡੇ ਵੀਰ ਰਾਸ਼ਟਰੀ ਸਿੱਖ ਸੰਗਤ ਦੇ ਹਰਜੀਤ ਸਿੰਘ ਮੌਂਗਾ ਨੇ ਮੈਨੂੰ ਕੰਪੈਲ ਕੀਤਾ ਕਿ ਤੁਸੀਂ ਇੱਧਰ ਆਉਣਾ ਹੀ ਹੈ ਅਤੇ ਹਰ ਹਾਲਤ 'ਚ ਆਉਣਾ ਹੈ, ਅਤੇ ਮੇਰੇ ਤੋਂ ਇਹਨਾਂ ਨੇ ਅਪਲਾਈ ਕਰਾਇਆ। ਇੱਕ ਸਮਾਂ ਸੀ ਕਿ ਮੈਨੂੰ ਆਪਣੀ ਮਾਂ ਬੋਲੀ ਸਾਹਿਤ ਦੀ ਸੇਵਾ ਕਰਨ ਦਾ 3.5 ਸਾਲ ਸਮਾਂ ਮਿਲਿਆ, ਅਤੇ ਮੈਂ ਉਹਦੇ ਵਿੱਚੋਂ ਉਹਨਾਂ ਰੁਝੇਵਿਆਂ ਦੇ ਵਿੱਚੋਂ ਜਿੱਧਰ ਮੈਂ ਕੈਂਪ ਔਰਗੇਨਾਈਜ਼ ਕਰਦਾ ਸਾਂ, ਇੱਧਰ ਸਮਾਂ ਕੱਢ ਕੇ ਆਉਂਦਾ ਸਾਂ, ਖੇਤੀ ਵੀ ਕਰਦਾ ਸਾਂ, 3 ਥਾਵਾਂ 'ਤੇ ਮੈਂ ਸੇਵਾਵਾਂ ਕਰ ਰਿਹਾ ਸਾਂ, ਜਿੱਥੇ ਕਿ ਮੇਰੇ ਲਈ ਕਾਲਜ ਜਾਣਾ ਵੀ ਦੁੱਭਰ ਹੋਇਆ ਪਿਆ ਸੀ। ਅਤੇ ਉਹ ਕਿਤਾਬਾਂ ਮੇਰੀਆਂ, ਜੇ ਕੋਈ ਪੜ੍ਹਨਾ ਚਾਹੁੰਦਾ ਪੜ੍ਹ ਸਕਦਾ, ਮਿਸ਼ਨ ਵੱਲੋਂ 20,000 ਦੇ ਕਰੀਬ ਕਿਤਾਬ ਪੂਰੇ ਵਰਲਡ ਜਾ ਚੁੱਕੀ ਹੈ, ਬਲਿਸਫੁੱਲ ਲਿਵਿੰਗ ਅਤੇ ਆਨੰਦਮਈ ਜੀਵਨ ਪੰਜਾਬੀ 'ਚ ਹੈ। ਦੂਜੀ ਕਿਤਾਬ ਜਿਹੜੀ ਸਿੰਘ ਬ੍ਰਦਰ ਵਾਲਿਆਂ ਛਾਪੀ ਹੈ, ਉਹ ਕਿਤਾਬ ਮੇਰੀ ਹੈ ਸਿਮਰਨ ਦੁਆਰਾ ਸਮਾਜ ਵਿੱਚ ਨਰੋਈ ਸਮਾਜ ਦਾ ਸੰਕਲਪ। ਸਿਮਰਨ ਸਾਡੀ ਬੌਧਕ ਸ਼ਕਤੀ ਤੋਂ ਅੱਗੇ ਸਾਨੂੰ ਉਸ ਸੁਪਰ ਪਾਵਰ ਦੇ ਨਾਲ ਕਿਵੇਂ ਜੋੜਦਾ ਹੈਗਾ, ਉਹਦੇ ਵਿੱਚ ਮੈਂ ਜਿੰਨਾ ਕੁ ਸਮਝਿਆ ਉਹ ਲਿਖਣ ਦਾ ਯਤਨ ਕੀਤਾ। ਅਕਾਦਮਿਕ ਖੇਤਰ ਦੇ ਵਿੱਚ, ਧਾਰਮਿਕ ਖੇਤਰ ਦੇ ਵਿੱਚ ਬਹੁਤ ਚੰਗੀਆਂ ਕਿਤਾਬਾਂ ਵੀ ਇੱਦੋਂ ਹੈਗੀਆਂ ਨੇ, ਵੱਖ ਵੱਖ ਸੰਸਥਾਵਾਂ ਦੀਆਂ ਹੈਗੀਆਂ ਨੇ, ਪਰ ਅਕਾਦਮਿਕ ਖੇਤਰ ਦੇ ਵਿੱਚ ਇਹ ਮੇਰੀ ਪਹਿਲੀ ਪ੍ਰਾਪਤੀ ਹੋਏਗੀ ਅਤੇ ਇਹ ਮੈਂ ਸਮਾਜ ਦਿੱਤਾ। ਅੱਗੇ ਜੋ ਮੈਂ ਸਿੱਖਿਆ ਇੱਥੇ ਲੈ ਰਿਹਾ ਵਾਂ,
ਉਹ ਸਮਾਜ ਨੂੰ ਦੇ ਜਾਂ, ਇਹ ਤੁਹਾਡੇ ਤੋਂ ਇੱਕ ਅਸੀਸ ਇੱਕ ਆਸ਼ੀਰਵਾਦ ਲੈਣ ਆਇਆ ਵਾਂ ਕਿ ਮੈਂ ਸਮਾਜ ਲਈ ਕੁਝ ਕਰ ਸਕਾਂ, ਇਹ ਮੈਨੂੰ ਅਸੀਸ ਦਿਓ। ਧੰਨਵਾਦ, ਹੋਈਆਂ ਗਲਤੀਆਂ ਕੋਈ ਹੋਈਆਂ ਹੋਣਗੀਆਂ ਉਹਦੇ ਲਈ ਮੈਨੂੰ ਖਿਮਾ ਕਰਨਾ, ਜਿਹਦੇ ਲਈ ਕੋਈ ਮਾੜਾ ਸ਼ਬਦ ਬੋਲਿਆ ਹੈ, ਅਤੇ ਜੇ ਮੈਂ ਅੰਦਰੋਂ ਬਾਹਰੋਂ ਮੇਰੇ 'ਚ ਕੋਈ ਫਰਕ ਹੈਗਾ ਤਾਂ ਉਹ ਕਹਿ ਸਕਦਾ ਹੈ। ਪਰ ਬਾਕੀ ਮੇਰੇ ਗੁਰੂ ਨੇ ਕਿਹਾ ਸੀ ਕਿ ਅਕੈਡਮੀ ਦੀਆਂ ਕੰਧਾਂ 'ਚੋਂ ਭ੍ਰਿਸ਼ਟਾਚਾਰ ਆਉਂਦਾ ਹੈ। ਮੈਂ ਕਹਾਂਗਾ ਕਿ ਮੇਰੀਆਂ ਫਾਈਲਾਂ, ਮੇਰੇ ਡਾਇਰੈਕਟਰ ਜਿੱਥੇ ਮੈਂ ਅਕਾਦਮੀ 'ਚ ਕੰਮ ਕਰਦਾ ਰਿਹਾ, ਕਿਤੇ ਵੀ ਉਹਦੇ 'ਚੋਂ ਵੇਖਿਆ ਜਾਏ, RTA 'ਚ ਕੋਈ ਪੁੱਛ ਸਕਦਾ ਹੈ ਮੈਂ ਕੀ ਲਿਆ, ਕੀ ਖਾਧਾ ਹੈ, ਕੀ ਕੀਤਾ ਹੈ, ਅਤੇ ਇਹਦੇ ਲਈ ਜੇ ਕਿਤੇ ਕੋਈ ਕਮੀ ਰਹਿ ਗਈ ਹੈ ਤਾਂ ਦਾਸ ਤੁਹਾਡੇ ਸਾਹਮਣੇ ਇਸ ਦਾੜੇ ਨੂੰ ਤੁਸੀਂ ਕਾਲਾ ਕਰ ਸਕਦੇ ਹੋ, ਹੈ ਤਾਂ ਗੁਰੂ ਦਾ ਦਿੱਤਾ ਹੈ। ਪਰ ਮੈਂ ਇਹ ਕਹਿੰਦਾ ਕਿ ਜੇਕਰ ਮੇਰੇ 'ਚ ਉਹਦੇ 'ਚ ਕਿਧਰੇ, ਕਿਉਂਕਿ ਜਿਨ੍ਹਾਂ ਨੇ ਇਸ ਦੇਸ਼ ਨੂੰ, ਇਸ ਰਾਸ਼ਟਰ ਨੂੰ ਆਜ਼ਾਦ ਕਰਾਉਣ ਲਈ ਖੂਨ ਵਹਾਇਆ, ਜੇ ਉਹਨਾਂ ਦੇ ਤੁਸੀਂ ਖੂਨ ਨੂੰ ਵੇਖੋਗੇ, ਤੁਹਾਡਾ ਇੱਕ ਪੈਸੇ ਦੀ ਹੇਰਾ ਫੇਰੀ ਜਾਂ TADA ਗਲਤ ਬਣਾਉਣ ਦਾ ਤੁਹਾਡੀ ਜ਼ਰੂਰਤ ਨਹੀਂ ਪਏਗੀ। ਜੇਕਰ ਅਸੀਂ ਗਲਤ TADA ਬਣਾ ਰਹੇ ਹਾਂ, ਕਿਧਰੇ ਹੇਰਾ ਫੇਰੀ ਕਰ ਰਹੇ ਹਾਂ, ਉਹਨਾਂ ਹਿੰਦੁਸਤਾਨ ਦੀ ਆਜ਼ਾਦੀ ਲਈ ਜਿਹਨਾਂ ਸ਼ਹੀਦਾਂ ਨੇ ਖੂਨ ਵਹਾਇਆ, ਉਹਨੂੰ ਅਸੀਂ ਨਤਮਸਤਕ ਨਹੀਂ ਹੋ ਰਹੇ। ਉਹਨਾਂ ਦੇ ਖੂਨ ਦੇ ਜਿਹੜੇ ਕਤਰੇ ਨੇ ਉਹ ਸਾਡੇ ਅੰਦਰ ਅਤੇ ਸਾਡੇ ਪਰਿਵਾਰ ਦੇ ਅੰਦਰ ਜਾ ਰਹੇ ਨੇ, ਮੇਰੀ ਭਾਵਨਾ ਹੈਗੀ ਹੈ। ਅਤੇ ਮੇਰੇ ਵੱਡੇ ਵੀਰ ਨੇ CM ਸਾਹਿਬ ਨੂੰ ਉਸ ਦਿਨ ਕਿਹਾ ਸੀ ਕਿ ਇਮਾਨਦਾਰੀ ਦੇ ਵਿੱਚ ਸਰਕਾਰ ਦਾ ਅਤੇ ਭ੍ਰਿਸ਼ਟਾਚਾਰ ਦੇ ਵਿੱਚ ਜਿਹੜਾ ਹੈਗਾ ਇਹਦੇ ਚੱਲ ਰਿਹਾ, ਉਹਨੂੰ ਨਹੀਂ ਕਰਨਗੇ ਅਤੇ ਉਹਨੂੰ ਕਰਨਗੇ, ਅਗਾਂਹ ਵਧਾਉਣਗੇ ਤੁਹਾਡੇ ਇਮਾਨਦਾਰੀ 'ਤੇ ਕੰਮ ਕਰਨ ਦੇ। ਉਹ ਮੈਂ ਕਿੰਨਾ ਕੁ ਵਧਾਇਆ ਉਹ ਹਰਿਆਣੇ ਦੇ ਜੇ ਵਿਦਵਾਨ ਜਾਂ ਅਕਾਦਮੀ ਦੇ ਮੁਲਾਜ਼ਮ ਜਾਂ ਮੇਰੇ ਸਾਥੀ ਜਾਣਦੇ ਨੇ। ਜੇ ਕਿਧਰੇ ਕਮੀਆਂ ਹੋਣਗੀਆਂ ਤਾਂ ਮੈਨੂੰ ਕੋਈ ਕਹਿ ਸਕਦਾ, ਹੋਈਆਂ ਭੁੱਲਾਂ ਚੁੱਕਾਂ ਮਾਫ਼ ਕਰਨਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਨੀਲ ਵਿਸ਼ੇਸ਼ ਦੇ ਸਾਹਮਣੇ ਬੈਠੇ ਨੇ, ਇਹਨਾਂ ਨਾਲ ਮੈਂ ਇੱਕੋ ਮੁਲਾਕਾਤ ਕੀਤੀ ਹੈ ਔਰ ਬਹੁਤ ਇੰਪ੍ਰੈਸਿਵ ਪਰਸਨੈਲਿਟੀ ਹੈ ਉਹਨਾਂ ਦੀ। ਅਮੀਜ਼ਾ ਜੀ ਸ਼ਾਇਦ ਇੱਥੇ ਹੈ ਨਹੀਂ, ਉਹਨਾਂ ਨੂੰ ਮੈਂ ਪਹਿਲੇ ਮਿਲੀ ਸੀ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਜ਼ਰੂਰ ਤੁਹਾਡਾ ਨਾਮ ਰੱਖਾਂਗੇ। ਆਈ ਐਮ ਅਗੇਨ ਥੈਂਕਫੁਲ। ਬਾਕੀ ਕੈਟਗਰੀ ਵਾਲੇ ਤਾਂ ਚਲੇ ਗਏ ਨੇ, ਲੇਕਿਨ ਮੈਂ ਉਹਨਾਂ ਨੂੰ ਕਹਿੰਦੀ ਕਿ ਉਹਨਾਂ ਦਾ ਵੀ ਕਰਾਓ। ਐਨੀਵੇ, ਸੋ ਪੰਜਾਬੀ ਗਾਇਕੀ 'ਤੇ ਵਾਪਸ ਆਉਂਦੇ ਹਾਂ। ਸਰਦਾਰ ਚਰਨ ਸਿੰਘ ਸਫਲੀ ਜੀ ਬਹੁਤ ਮਸ਼ਹੂਰ ਸ਼ਾਇਰ ਬਣੇ ਪੰਜਾਬ ਦੇ, ਔਰ ਮੈਂ ਚਾਹੁੰਦੀ ਹਾਂ ਕਿ ਉਹਨਾਂ ਦੀ ਬੜੀ ਪਿਆਰੀ ਗਜ਼ਲ ਬਹੁਤ ਹੀ ਜ਼ਿਆਦਾ ਪਸੰਦ ਹੈ, ਮੈਂ ਤੁਹਾਡੇ ਨਾਲ ਜ਼ਰੂਰ ਉਹਦੀ ਸਾਂਝ ਪਾਉਣਾ ਚਾਹੁੰਦੀ ਹਾਂ। ਬੜੇ ਮਾਸੂਮ ਨੇ ਸਾਜਨ, ਸ਼ਰਾਰਤ ਕਾਹੀ ਚਾਹਤੇ ਨੇ, ਦਰਿੰਦੇ ਰਾਤ ਨੂੰ ਨਦੀਆਂ, ਦਿਨੇ ਕੁਛ ਡਰ ਵੀ ਜਾਂਦੇ ਨੇ।
ਕੁਰਬਾਨ ਕਰ ਸਾਡਾ ਤੇ ਐਵੇਂ ਸਰ ਗਿਆ ਉਹ ਗੱਲ ਹੋ ਰਹੀ ਕਿ ਅਸੀਂ ਸ਼ੁਕਰਾਨਾ ਵੀ ਸ਼ਾਇਦ ਨਹੀਂ ਕਰ ਪਾਉਂਦੇ ਅੱਛੀ ਤਰ੍ਹਾਂ ਕਜਲਾ ਇਹਨਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾ ਕੇ ਅੱਖੀਆਂ ਚ ਦੂਸਤਾ
Thank you.
ਬਹੁਤ ਖੂਬਸੂਰਤ ਅੰਦਾਜ਼ ਦੇ ਨਾਲ ਇਸ ਮਹਿਫਲ ਦੇ ਵਿੱਚ ਇਹਨਾਂ ਨੇ ਪੇਸ਼ਕਾਰੀ ਕੀਤੀ ਕਿ ਨੱਚਾਂ ਮੈਂ ਲੁਧਿਆਣੇ ਅਤੇ ਮੇਰੀ ਧਮਕ ਜਲੰਧਰ ਪੈਂਦੀ, ਗਾਵਾਂ ਮੈਂ ਪੰਚਕੂਲੇ ਅਤੇ ਮੇਰੀ ਆਵਾਜ਼ ਸਾਰੇ ਹਰਿਆਣੇ 'ਚ ਪਹੁੰਚ ਗਈ। ਜਿਹੜਾ ਸੰਗੀਤ ਹੈ ਸਾਰੀ ਦੁਨੀਆਂ 'ਚ ਜਾਏਗਾ, ਸ਼ੁਰੂਆਤ ਹੈ। ਮੈਂ ਬਹੁਤ ਮਸ਼ਹੂਰ ਹਾਂ, ਮਨੂਨ ਹਾਂ, ਧੰਨਵਾਦੀ ਹਾਂ ਅਸੀਂ ਤੁਹਾਡੇ ਇੰਨੀ ਖੂਬਸੂਰਤੀ ਖੂਬਸੂਰਤ ਆਵਾਜ਼ ਦੇ ਨਾਲ ਤੁਸੀਂ ਨਵਾਜਿਆ ਔਰ ਇਹ ਸ਼ੁਰੂਆਤ ਕੀਤੀ ਔਰ ਇਹ ਖੁਸ਼ਗਵਾਰ ਸ਼ੁਰੂਆਤ ਅਕੈਡਮੀ ਦੀ। ਮੈਨੂੰ ਪੂਰਨ ਵਿਸ਼ਵਾਸ ਆਸ਼ਾ ਹੈ ਕਿ ਅਕੈਡਮੀ ਦੌੜੇਗੀ। ਬੈਠੇ ਰਹੋ, ਚਾਹੇ ਵਿੱਚ ਵਿੱਚ ਪ੍ਰਸ਼ੰਸਾ ਹੀ ਹੋ ਜਾਣੀ ਹੈ ਤੁਹਾਡੀ, ਕੋਈ ਗੱਲ ਨਹੀਂ। ਅਤੇ ਦੋਸਤੋ, ਅਤੇ ਮੈਂ ਹੁਣ ਡਾਇਰੈਕਟਰ ਸਾਹਿਬ ਨੂੰ ਕਹਾਂਗਾ ਕਿ ਉਹ ਆਉਣਗੇ ਅਤੇ ਮੈਂ ਇੱਕ ਛੋਟੀ ਜਿਹੀ ਤੁਹਾਡੇ ਨਾਲ ਰਚਨਾ, ਮੈਨੂੰ ਵੈਸੇ ਯਾਦ ਆ ਗਈ ਅਤੇ ਮੈਂ ਉਹ ਸੁਣਾ ਲੈਂਦਾ, ਦੋ ਚਾਰ ਲਾਈਨਾਂ ਦੀ ਹੈ ਕਿ ਪਿਆਰ ਮੈਨੂੰ ਕਦੇ ਕਦੇ ਪਤਾਸ਼ੇ ਵਾਂਗ ਲੱਗਦਾ। ਛੋਟਾ ਜਿਹਾ ਸਿਰਲੇਖ ਹੈ ਇਹਦਾ, ਪਿਆਰ ਪਤਾਸ਼ਾ, ਕਿ ਪਿਆਰ ਕਦੇ ਕਦੇ ਮੈਨੂੰ ਪਤਾਸ਼ੇ ਵਾਂਗ ਲੱਗਦਾ, ਕਿ ਪਿਆਰ ਮੈਨੂੰ ਕਦੇ ਕਦੇ ਪਤਾਸ਼ੇ ਵਾਂਗ ਲੱਗਦਾ, ਜਿਵੇਂ ਪਤਾਸ਼ਾ ਪਾਣੀ ਵਿੱਚ ਪਾਇਆ ਘੁਲ ਘੁਲ ਜਾਵੇ, ਖੁਰ ਖੁਰ ਜਾਵੇ, ਇੱਕ ਹੋ ਜਾਵੇ, ਮੇਰਾ ਵੀ ਮਨ ਮਚਲਦਾ, ਮੈਂ ਤੇਰੇ ਹੁਸਨ ਦੇ ਗਲਾਸ ਵਿੱਚ ਖੁਰ ਖੁਰ ਜਾਵਾਂ, ਭੁਰ ਭੁਰ ਜਾਵਾਂ, ਇੱਕ ਹੋ ਜਾਵਾਂ ਅਤੇ ਬਣ ਜਾਵਾਂ ਉਸੇ ਗਲਾਸ ਦਾ ਇੱਕ ਹਿੱਸਾ। ਅਤੇ ਦੋਸਤੋ, ਇਸ ਮਹਿਫਲ ਦਾ ਅਸੀਂ ਇਸ ਖੂਬਸੂਰਤ ਅੰਦਾਜ਼ ਦੇ ਨਾਲ ਹਿੱਸਾ ਬਣਿਆ, ਤੁਹਾਡੀ ਗਾਇਕੀ ਦਾ ਹਿੱਸਾ ਤੁਸੀਂ ਬਣਾ ਲਿਆ, ਅਸੀਂ ਇਸੇ ਢੰਗ ਦੇ ਨਾਲ ਤੁਸੀਂ ਸਾਡੀ ਇਸ ਅਕੈਡਮੀ ਦੇ ਖੂਬਸੂਰਤ ਗਲਾਸ ਦੇ ਵਿੱਚ ਖੁਸ਼ਬੂ ਵਾਂਗੂ ਘੁਲ ਗਏ ਹੋ। ਤੁਹਾਡੀ ਆਵਾਜ਼ ਮਧੁਰ, ਤੁਹਾਡੇ ਗੀਤਾਂ ਦੀ ਖਣਕ ਔਰ ਲੰਮੇ ਸਮੇਂ ਤੱਕ ਇਸ ਨੂੰ ਮਾਹੌਲ ਨੂੰ ਮਹਿਕਾਉਂਦੀ ਰਹੇਗੀ। ਮੈਂ ਬਹੁਤ ਹੀ ਅਦਬ ਦੇ ਨਾਲ ਸਾਡੇ ਇਸ ਅਕੈਡਮੀ ਦੇ ਨਵ ਨਿਯੁਕਤ ਡਾਇਰੈਕਟਰ ਸ਼੍ਰੀ ਅਨਿਲ ਵਿਸ਼ਿਸ਼ਟ ਜੀ ਨੂੰ ਬੇਨਤੀ ਕਰਾਂਗਾ, ਸੁਨੀਲ ਵਿਸ਼ਿਸ਼ਟ ਜੀ ਨੂੰ। ਅਸੀਂ ਇਹ ਮੇਰਾ ਨਾਂ ਪੁੱਛ ਰਹੇ ਸੀ ਬਿਰਖ ਸਾਹਿਬ ਤੋਂ, ਅਸੀਂ ਇੱਕ ਦੂਜੇ ਦੇ ਪਰਿਚਿਤ ਹੋ ਜਾਵਾਂਗੇ ਹੌਲੀ ਹੌਲੀ, ਇਹ ਪਹਿਲੀ ਮੁਲਾਕਾਤ ਹੈ, ਠੀਕ ਹੈ ਨਾ। ਅਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਉਣ ਵਾਲੀਆਂ ਯੋਜਨਾਵਾਂ ਦੇ ਵਿੱਚ ਵੀ ਔਰ ਇਸ ਪ੍ਰੋਗਰਾਮ ਵਾਸਤੇ ਵੀ ਸਾਰੇ ਸੱਜਣਾਂ ਨੂੰ ਸੰਬੋਧਨ ਕਰਨ। ਵਿਸ਼ਿਸ਼ਟ ਸਾਹਿਬ, ਮਨਯੋਗ ਸਰਦਾਰ ਬਿਰਖ ਸਾਹਿਬ, ਸਰਦਾਰ ਜਸਵੀਰ ਸਿੰਘ ਜੀ, ਕਈ ਹੁਣ ਨਾਮ ਇੱਧਰ ਚਲੇ ਗਏ ਨੇ, ਭੈਣ ਮੀਤਾ ਜੀ ਜਿਨ੍ਹਾਂ ਦਾ ਅੱਜ ਪੂਰਵ ਮੁੱਖ ਰੂਪ ਨਾਲ ਕਾਰਜਕ੍ਰਮ ਰਿਹਾ ਹੈ, ਸਰਦਾਰ ਰਮਨੀਕ ਜੀ, ਮਾਨਯੋਗ ਮਾਨਯ ਮੋਗਾ ਜੀ, ਮਾਨਯ ਕਾਲੀਆ ਜੀ, ਸ਼੍ਰੀ ਸੁਦਰਸ਼ਨ ਜੀ ਅਤੇ ਬਾਕੀ ਆਦਰ ਸਤਿਕਾਰਯੋਗ ਮੇਰੇ ਰਾਈਟਰ ਔਰ ਕੋਲਮਿਸਟ ਔਰ ਗੀਤਕਾਰ ਸੰਗੀਤਕਾਰ, ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਪ੍ਰਣਾਮ ਕਰਦਾ ਹਾਂ ਔਰ ਆਪ ਸਭ ਤੋਂ ਇੱਕ ਚੀਜ਼ ਦੀ ਮਾਫ਼ੀ ਮੰਗਦਾ ਹਾਂ ਕਿ ਜਿਹੜਾ ਕਾਰਜਕ੍ਰਮ ਇਹ ਥੋੜ੍ਹਾ ਜਿਹਾ ਲੇਟ ਹੋਇਆ, ਉਸ ਦੇ ਨਾਲ ਆਪ ਜੀ ਨੂੰ ਜੋ ਥੋੜ੍ਹਾ ਬਹੁਤ ਕਸ਼ਟ ਹੋਇਆ ਜਿਸ ਤਰੀਕੇ ਨਾਲ, ਅਤੇ ਮੈਂ ਡਾਇਰੈਕਟਰ ਹੋਣ ਦੇ ਨਾਤੇ ਆਪ ਸਾਰਿਆਂ ਤੋਂ ਸ਼ਮਾ ਦੀ ਪ੍ਰਾਰਥਨਾ ਕਰਦਾ ਹਾਂ। ਕਾਰਜਕ੍ਰਮ ਬਹੁਤ ਸੁੰਦਰ ਸੀ, ਕਾਰਜਕ੍ਰਮ ਦੇ ਭਾਵ ਸਾਰਿਆਂ ਨੇ ਉਸਦਾ ਆਨੰਦ ਲਿੱਤਾ ਔਰ ਸੁਦਰਸ਼ਨ ਜੀ ਨੇ ਜੋ ਮਨ ਸੰਚਾਲਨ ਕੀਤਾ ਉਸਦੇ ਨਾਲ ਇਸ ਕਾਰਜਕ੍ਰਮ ਦੀ ਕੋਈ ਥਕਾਨ ਜਾਂ ਕੋਈ ਲੰਬਾਈ ਇਹ ਕਿਸੇ ਨੂੰ ਮਹਿਸੂਸ ਨਹੀਂ ਹੋਈ। ਔਰ ਕੁੱਲ ਮਿਲਾ ਕੇ ਅੱਜ ਦੇ ਕਾਰਜਕ੍ਰਮ ਦਾ ਜੋ ਮੁੱਖ ਥ੍ਰਸ਼ ਸੀ ਉਹ ਤਾਂ ਸੀ ਆਪਣੇ
ਜਿਹੜੇ ਪੂਰਵ ਡਿਪਟੀ ਚੇਅਰਮੈਨ ਸਾਹਿਬ ਰਹੇ ਨੇ ਉਹਨਾਂ ਦਾ ਆਦਰ ਸਤਿਕਾਰ ਜੋ ਕਾਰਜਕ੍ਰਮ ਅਸੀਂ ਵਿਚਕਾਰ ਕੀਤਾ ਹੀ ਹੈ ਸਾਰਾ। ਔਰ ਭਾਸ਼ਣਾਂ ਦਾ ਸ਼ਬਦਾਂ ਦਾ ਤਾਂ ਐਸਾ ਹੈ ਕਿ ਕਿਸੇ ਨੂੰ ਕੋਈ ਦੋ ਪੋਥੀਆਂ ਪੜ੍ਹ ਕੇ ਲੈਕਚਰ ਦੇਣਾ ਹੋਏ ਤਾਂ ਇਮਾਨਦਾਰੀ ਦੇ ਉੱਤੇ ਵੀ ਦੇ ਸਕਦਾ ਹੈ, ਔਰ ਮਨੁੱਖ ਜੀਵਨ ਦੇ ਜਿੰਨੇ ਵੀ ਗੁਣ ਹੈਗੇ ਹੈ ਉਹਨਾਂ ਦੇ ਉੱਤੇ ਉਹ ਬਹੁਤ ਲੰਬੇ ਲੰਬੇ ਭਾਸ਼ਣ ਦੇ ਸਕਦਾ ਹੈ। ਲੇਕਿਨ ਜੋ ਗੱਲ ਵਿਰਕ ਸਾਹਿਬ ਨੇ ਇੱਕ ਲਾਈਨ 'ਚ ਕਹੀ ਕਿ ਵੀ ਆਦਮੀ ਨਹੀਂ ਬੋਲਦਾ, ਜੀਵਨ ਬੋਲਦਾ ਹੈ ਉਸਦਾ, ਅਤੇ ਕੁੱਲ ਮਿਲਾ ਕੇ ਮੇਰੇ ਸਾਹਮਣੇ ਤਾਂ ਜਦੋਂ ਅਕੈਡਮੀ ਦਾ ਜਿੰਮਾ ਆਇਆ ਅਤੇ ਮੇਰੇ ਸਾਹਮਣੇ ਤਾਂ ਅਗਰ ਕੋਈ ਸਿੱਧੀ ਸਿੱਧੀ ਕਹਾਂ ਕਿ ਪ੍ਰੇਰਣਾ ਸਰੋਤ ਕੋਈ ਇਸ ਅਕੈਡਮੀ ਦੇ ਨਾਤੇ ਮੈਂ ਕੀ ਕਰਨਾ ਹੈ, ਜਾਂ ਜਿਸ ਨੂੰ ਕਹਾਂ ਕਿ ਮੇਰਾ ਏਜੰਡਾ, ਮੇਰਾ ਬਲੂ ਪ੍ਰਿੰਟ, ਤਾਂ ਮੈਨੂੰ ਲੱਗਦਾ ਹੈ ਕਿ ਸਰਦਾਰ ਵਿਰਕ ਸਾਹਿਬ ਤੋਂ ਅਲੱਗ ਔਰ ਕੋਈ ਅਲੱਗ ਮੇਰਾ ਏਜੰਡਾ ਜਾਂ ਕੋਈ ਔਰ ਮੇਰਾ ਮਾਰਗਦਰਸ਼ਕ ਹਲੇ ਤਾਂ ਕੋਈ ਨਹੀਂ ਹੈ। ਫਿਲਹਾਲ ਸਾਹਮਣੇ ਮੇਰੇ ਸਾਹਮਣੇ ਜੀਦਾ ਜਾਗਦਾ ਇੱਕ ਉਦਾਹਰਣ ਉਹਨਾਂ ਦੇ ਜੀਵਨ ਰੂਪ 'ਚ ਖਲੋਤਾ ਹੈ, ਔਰ ਉਹ ਜਦ ਬੋਲਦੇ ਹੈ ਅਤੇ ਉਹ ਸ਼ਬਦ ਜੋ ਬੋਲੇ ਉਹਨਾਂ ਨੇ ਉਹ ਸ਼ਬਦ ਲੱਗ ਰਿਹਾ ਸੀ ਕਿ ਰੂਹੋਂ ਅੰਦਰੋਂ ਨਿਕਲੇ ਹੋਏ ਨੇ। ਜਿਸ ਤਰ੍ਹਾਂ ਭੈਣ ਬੀਤਾ ਖੰਨਾ ਜੀ ਨੇ ਆਪਣਾ ਜੋ ਸੰਗੀਤ ਬੋਲਿਆ, ਸੰਗੀਤ ਅੱਛਾ ਕੋਈ ਗਾ ਸਕਦਾ ਹੈ ਲੇਕਿਨ ਜੋ ਸ਼ਬਦ ਅੰਦਰੋਂ ਨਿਕਲਦੇ ਨੇ ਉਹ ਆਪਣਾ ਇੱਕ ਅਲੱਗ ਹੀ ਅਸਰ ਕਰਦੇ ਨੇ। ਜੀਵਨ ਬੋਲਦਾ ਹੈ ਵਿਅਕਤੀ ਦਾ, ਸ਼ਬਦ ਨਹੀਂ ਬੋਲਦੇ। ਮੇਰੇ ਬਾਰੇ ਸੁਦਰਸ਼ਨ ਜੀ ਨੇ ਕਿਹਾ ਕਿ ਆ ਕੇ ਕੁਛ ਯੋਜਨਾਵਾਂ ਬਾਰੇ ਉਪਰਾਲਾ ਕਰਨਗੇ, ਉਪਰਾਲੇ ਦੱਸਣਗੇ, ਅਤੇ ਯੋਜਨਾਵਾਂ ਫਿਰ ਉਹੀ ਗੱਲ ਹੋ ਜਾਏਗੀ, ਯੋਜਨਾ ਵੀ ਸ਼ਬਦ ਹੀ ਹੋ ਜਾਣਗੇ, ਵਾਅਦੇ ਹੋ ਜਾਣਗੇ, ਅਤੇ ਸਾਲ ਭਰ ਬਾਅਦ ਸ਼ਾਇਦ ਫਿਰ ਦੁਬਾਰਾ ਮੈਂ ਆਪ ਜੀ ਦੇ ਕੋਲ ਇੱਥੇ ਖਲੋਵਾਂ, ਔਰ ਸ਼ਾਇਦ ਤਾਂ ਮੇਰੇ ਜਿਹੜਾ ਸਟਾਫ ਹੈ ਜਾਂ ਜਿਹੜੇ ਬਾਕੀ ਲੋਕ ਹੈ ਉਹ ਇਹ ਪੜ੍ਹਨ ਕਿ ਸੁਨੀਲ ਜੀ ਨੇ ਇਹ ਕਾਰਜਕ੍ਰਮ ਇਹ ਸਭ ਵੱਡੇ ਆਪ ਸਭ ਲੋਕਾਂ ਦੇ ਆਸ਼ੀਰਵਾਦ ਦੇ ਰਾਹੀਂ ਇਹ ਕੀਤੇ। ਮੈਨੂੰ ਲੱਗਦਾ ਹੈ ਕਿ ਉਹ ਜ਼ਿਆਦਾ ਮਹੱਤਵਪੂਰਨ ਹੋਏਗਾ, ਬਸ਼ਰਤੇ ਕਿ ਮੈਂ ਇੱਥੇ ਯੋਜਨਾਵਾਂ ਦਾ ਅੰਬਾਰ ਲਗਾਵਾਂ। ਹਾਂ, ਇਹ ਗੱਲ ਠੀਕ ਹੈ ਕਿ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਔਰ ਪੰਜਾਬੀ ਵਿਰਾਸਤ ਦੇ ਲਈ ਇਸ ਅਕੈਡਮੀ ਨੇ ਔਰ ਇਸ ਅਕੈਡਮੀ ਦਾ ਜਿੰਮਾ ਜਿਨ ਜਿਨ੍ਹਾਂ ਨੂੰ ਆਇਆ, ਮੇਰਾ ਇਹ ਜਿਹੜਾ ਸਟਾਫ ਹੈ, ਬਿਲਕੁਲ ਠੀਕ ਗੱਲ ਹੈ, ਆਪਣਾ ਤਮੀਜ਼ਾ ਜੀ ਨੇ ਵੀ ਇਸ ਗੱਲ ਨੂੰ ਕੋਟ ਕੀਤਾ ਕਿ ਜਿਹੜਾ ਸਾਡਾ ਸਟਾਫ ਹੈ ਇਹ ਆਪਣੇ ਇੱਕ ਪੈਰ 'ਤੇ ਖਲੋ ਕੇ ਇਸਨੇ ਪੂਰਾ ਪੂਰਾ ਕਾਰਜਕ੍ਰਮ ਔਰ ਹਰ ਕਾਰਜਕ੍ਰਮ ਇਸੀ ਪ੍ਰਕਾਰ ਦੇ ਨਾਲ ਖਿੜੇ ਮੱਥੇ ਦੇ ਨਾਲ ਸੰਵਾਰਿਆ ਹੈ, ਕੀਤਾ ਹੈ। ਚਾਹੇ ਅਕੈਡਮੀ ਦੇ ਜਿੰਨੇ ਵੀ ਉਪਰਾਲੇ ਹੋਣ, ਇਸ ਸਟਾਫ ਨੂੰ ਪੂਰਾ ਪੂਰਾ ਸਾਧੂਵਾਦ ਹੈ ਔਰ ਇਸ ਸਟਾਫ ਦੇ ਨਾਲ ਮੈਨੂੰ ਕੰਮ ਕਰਨ ਦਾ ਸੁਭਾਗ ਮਿਲ ਰਿਹਾ ਹੈ, ਇਹ ਮੇਰਾ ਸੁਭਾਗ ਹੈ। ਫਿਰ ਆਪ ਸਾਰਿਆਂ ਦਾ ਮੈਂ ਸਵਾਗਤ ਕਰਾਂਗਾ ਔਰ ਕਾਰਜਕ੍ਰਮ ਦੀ ਦੇਰੀ ਲਈ ਦੁਬਾਰਾ ਸ਼ਮਾ ਚਾਹਾਂਗਾ। ਗੁਰਮੁਖ ਵਿਦਵਾਨ, ਸਾਹਿਤ ਸੰਗੀਤ ਪ੍ਰੇਮੀਓ, ਹਮਦਮ ਦਾ ਤੁਹਾਨੂੰ ਸੱਜਦਾ ਆਦਾਬ। ਮੈਂ ਸਮਝਦਾ ਕਿ ਸਾਡੇ ਡਾਇਰੈਕਟਰ ਪੰਜਾਬੀ ਦੇ ਅਜੇ ਕੁਛ ਤਾਂ ਨਹੀਂ ਹੋਇਆ ਹੈ, ਅਜੇ ਉਹਨਾਂ ਨੇ ਪਿੱਚ 'ਤੇ ਪਹਿਲੇ ਬਾਲ 'ਤੇ ਛੱਕਾ ਮਾਰ ਲਿਆ, ਇਹਨਾਂ ਨੂੰ ਜ਼ਰਾ ਵਧਾਈ ਦਿਓ, ਇਹਨਾਂ ਫਸਟ ਉੱਤੇ ਐਂਡ 'ਤੇ ਦੋ ਛੱਕੇ ਲਗਾ ਕੇ ਜਿੱਤਣਾ ਜਾਂਦਾ, ਪਰ ਇਹਨਾਂ ਨੇ ਪਹਿਲੇ ਲਿਆ ਰਿਹਾ। ਇੱਕ ਆਦਮੀ ਜਦੋਂ ਕਿਸੇ ਸਫੀਰ 'ਚ ਆਵੇ ਔਰ ਉਹਦਾ ਆਗਾਜ਼ ਅਗਰ ਸ਼ੁਭ ਹੁੰਦਾ ਤਾਂ ਫਿਰ ਇਹਦਾ ਮਤਲਬ ਇਹ ਆ ਉਹ ਸਾਰਾ ਜਿੱਦਾਂ ਵੀ ਪ੍ਰੋਜੈਕਟ ਆ, ਜੋ ਵੀ ਪੀਰੀਅਡ ਨਿਕਲੇਗਾ ਉਹ ਬੜਾ ਖੁਸ਼ਹਾਲ ਨਿਕਲੇਗਾ ਔਰ ਪੰਜਾਬੀ ਬੋਲੀ ਦਾ ਕਾਫੀ ਉਧਾਰ ਹੋਏਗਾ। ਮੈਂ ਥੋੜ੍ਹੀ ਜਿਹੀ ਬਾਤ ਕਰਾਂਗਾ ਛੋਟੀ ਜੀ, ਪਰ ਮੈਂ ਇੱਕ ਪਹਿਲੇ ਬੋਲੀ ਦੀ ਗੱਲ ਕਰਾਂਗਾ। ਮੈਂ ਜਦੋਂ ਕਾਲਜ 'ਚ ਪੜ੍ਹਦਾ ਸਾਡੇ ਇੱਕ ਮਜ਼ਾਕ 'ਚ ਲੋਕ ਗੱਲ ਕਰਦੇ ਸੀ, ਪਿੰਡ ਦਾ ਕਿਸਾਨ ਇੱਕ ਗਿਆ ਅਮਰੀ ਲੰਡਨ 'ਚ, ਉੱਥੇ ਉਹਨੂੰ ਆਉਂਦਾ ਨਹੀਂ ਸੀ ਚਾਹੇ ਕੁਛ ਨਹੀਂ, ਉੱਥੋਂ ਜਦੋਂ ਵਾਪਸ ਆਇਆ ਉਹ ਕਹਿੰਦਾ ਵੀ ਕੀ, ਕਹਿੰਦਾ ਉੱਥੇ ਤਾਂ ਉਹ ਲੋਕ ਤੋਂ ਫਿਰ ਅੰਗਰੇਜ਼ੀ ਦੇ ਮਾਰ ਹੋਇਆ, 3 ਸਾਲ ਦਾ ਬੱਚਾ ਹੀ 2 ਸਾਲ ਦਾ ਅੰਗਰੇਜ਼ੀ ਬੜੀ ਜਾਣਦਾ, ਅਤੇ ਕਹਿੰਦਾ ਅਸੀਂ ਉਹਨਾਂ ਦਾ ਮੁਕਾਬਲਾ ਕਿਵੇਂ। ਉਸਨੇ ਮਾਦਰੀ ਜ਼ਬਾਨ ਦਾ ਸ਼ਾਇਦ ਉਹਨੂੰ ਖਿਆਲ ਨਹੀਂ ਆਇਆ ਕਿ ਵੀ ਇਹ ਮਾਦਰੀ ਜ਼ਬਾਨ ਕਰਕੇ ਜਾਣਦਾ, ਜਿਵੇਂ ਅਸੀਂ ਪੰਜਾਬੀ ਜ਼ਿਆਦਾ ਜਾਣਦੇ ਹਾਂ ਇਸ ਤਰ੍ਹਾਂ ਸਾਨੂੰ ਅੰਗਰੇਜ਼ ਵੀ ਕਹਿ ਸਕਦਾ। ਯਾਰ ਇਹ ਪੰਜਾ ਇੱਕ ਦੌਰ ਐਸਾ ਸੀ ਪਹਿਲੇ ਕਿ ਇੱਕ ਭਾਸ਼ਾ ਦੇ ਨਾਲ ਤੁਹਾਡਾ ਗੁਜ਼ਾਰਾ ਹੋ ਸਕਦਾ ਸੀ, ਹੁਣ ਦੌਰ ਜਿਹੜਾ ਹੈਗਾ ਉਹ ਇੰਨਾ ਪਰਿਵਰਤਨ ਆ, ਇੰਨਾ ਐਕਸਪੋਜ਼ਰ ਆ ਇਨਫੋਰਮੇਸ਼ਨ ਦਾ ਕਿ ਤੁਹਾਨੂੰ ਕਿਤੇ ਨਾ ਕਿਤੇ ਚੁਣਨੇ ਪੈਣੇ, ਕਦੀ ਕਿਸੇ ਬਾਗ 'ਚੋਂ ਲਿਆਓਗੇ ਫੁੱਲ, ਕੋਈ ਕਿਸੇ ਬਾਗ 'ਚੋਂ ਲਿਆਓ, ਕਿਸੇ ਲਿਆਓਗੇ, ਅਤੇ ਤਾਂ ਤੁਸੀਂ ਉਹਨੂੰ ਪਰੋ ਪਾਓਗੇ।
ਬਾਕੀ ਸ਼ਬਦ ਪੰਜਾਬੀ 'ਚ ਇੰਨੇ ਸੁੰਦਰ ਹੈ, ਮੈਂ ਹੈਰਾਨ ਲੇਖਕਾਂ ਦੇ ਉੱਤੇ ਹੂੰ ਕਿ ਉਹਦਾ ਪ੍ਰਯੋਗ ਸਲੀਕੇ ਨਾਲ ਕਿਉਂ ਨਹੀਂ ਕਰ ਦੇ। ਛੋਟੇ ਛੋਟੇ ਲਫ਼ਜ਼ ਮੈਨੂੰ ਕਈ ਵਾਰ ਆਪਣੇ ਆਪ ਬੈਠਿਆ ਮੈਂ ਗੁਦਗੁਦਾਉਂਦੇ ਨੇ, ਜਿਵੇਂ ਜਿੰਦੜੀ, ਗਲਵਕੜੀ, ਮੁਲਕੜੀ, ਵੈਸੇ ਛੋਟੇ ਛੋਟੇ ਸ਼ਬਦ ਹੈਗੇ ਨੇ ਬੜੇ ਪਿਆਰੇ ਪਿਆਰੇ। ਚੰਦਰੀਏ ਲਫ਼ਜ਼ ਆ, ਜੇ ਤੁਸੀਂ ਦੋ ਤਰ੍ਹਾਂ ਜੇ ਤੁਸੀਂ ਉਹਨੂੰ ਚੰਗੇ ਪਿਆਰ ਦੇ ਨਾਲ ਕਹਿੰਦੇ ਹੋ ਤੁਸੀਂ ਆਪਣੇ ਮਹਿਬੂਬ ਨੂੰ ਕਿ ਚੰਦਰੀਏ ਤੂੰ ਸਾਡੀ ਕਦਰ ਨਹੀਂ ਪਾਈ ਤਾਂ ਜਾਨ ਲੁਟਾ ਦਿੰਦੇ, ਉਹ ਚੰਦਰੀਏ ਦਾ ਜਾਂ ਨੈਗੇਟਿਵ ਨਹੀਂ, ਉਹ ਬੜਾ ਪੋਜ਼ੀਟਿਵ ਹੈ। ਅਤੇ ਜੇ ਤੁਸੀਂ ਉਹਨੂੰ ਕਹੋ ਚੰਗੇ ਤੁਸੀਂ ਘਰ ਤਬਾਹ ਕਰਤਾ, ਉਹੀ ਇੱਕੋ ਹੀ ਲਫ਼ਜ਼ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜਿਸ ਕਿਸੇ ਕੋਲ ਹਥਿਆਰ ਹੈ, ਜੇ ਉਹ ਹਥਿਆਰ ਨਹੀਂ ਚਲਾਉਣਾ ਜਾਣਦਾ ਤਾਂ ਉਹ ਜੱਗ ਹਾਰੇਗਾ। ਜੇ ਉਹਦੇ ਕੋਲ ਥੋੜ੍ਹੇ ਵੀ ਹਥਿਆਰ ਹੈ ਪਰ ਉਹਨਾਂ ਦਾ ਪ੍ਰਯੋਗ ਕਰਨਾ ਜਾਣਾ, ਅਤੇ ਉਹ ਜ਼ਮਾਨਾ ਨਹੀਂ ਵੀ ਜਿਹੜੀ ਤੋਪ ਨਾਲ ਤੁਸੀਂ ਜਿੱਤ ਲੈਂਦੇ ਸੀ, ਹੁਣ ਤਾਂ ਤੁਹਾਨੂੰ ਤੋਪ ਦੇ ਨਾਲ ਪਤਾ ਨਹੀਂ ਕੀ ਕੁਛ ਚਾਹੀਦਾ ਜਿੱਤਣ ਦੇ ਵਾਸਤੇ। ਮੈਂ ਕਈ ਵਾਰ ਵਿਰਕ ਸਾਹਿਬ ਨਾਲ ਬੈਠਦਾ ਸੀ, ਆ ਕੇ ਅਸੀਂ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਨਾਲ ਸੁਣਦੇ ਸੁਣਦੇ ਸੀ, ਔਰ ਮੈਂ ਚਾਹਾਂਗਾ ਇਹਨਾਂ ਨੂੰ ਹੁਣ ਵੀ ਤੁਸੀਂ ਆਇਆ ਕਰੋ ਔਰ ਮਿਲ ਕੇ ਜਾਇਆ ਕਰੋ, ਸਮਝ ਜਾ। ਅਤੇ ਇਸ ਪੰਜਾਬੀ ਦਾ ਜਿਹੜੀ ਮੈਂ ਗੱਲ ਤੁਹਾਨੂੰ ਇੱਕ ਹੋਰ ਅਗਲੀ ਖੂਬਸੂਰਤ ਦੱਸਣ ਲੱਗਾ ਹੋਏ ਕਿ ਮੇਰਾ ਇੱਕ ਉਰਦੂ ਦਾ ਨਾਵਲ 1978 ਦੇ ਵਿੱਚ ਮੈਂ ਲਿਖਿਆ, ਅਤੇ ਮੈਨੂੰ ਹੈਦਰਾਬਾਦ ਦੇ ਵਿੱਚ ਇੱਕ ਮਹਿਫਲ 'ਚ ਬੈਠਣ ਦਾ ਮੌਕਾ ਮਿਲਿਆ। ਉਹ ਕਹਿੰਦੇ ਜੀ ਕੋਈ ਕਿਤਾਬ ਆਪਣੀ ਦਿਓ ਤੁਸੀਂ। ਮੈਂ ਕਿਹਾ ਵੀ ਉਰਦੂ ਦੀ ਕਿਤਾਬ ਕੋਈ ਖਰੀਦਦਾ ਨਹੀਂ ਤਾਂ ਪੈਸੇ ਕੋਈ ਕਿਉਂ ਲਗਾਵੇ। ਉਹ ਕਹਿੰਦਾ ਜੀ ਤੁਸੀਂ ਗੁਲਸ਼ਨ ਨੰਦਾ ਦੇ ਵਾਂਗ ਕਿਉਂ ਨਹੀਂ ਕਰਦੇ। ਮੈਂ ਬੜਾ ਹੈਰਾਨ ਹੋਇਆ, ਗੁਲਸ਼ਨ ਨੰਦਾ ਕਿਹੜੀ ਦੁਕਾਨ ਦੀ ਫਾਰਮੇਸੀ ਚਲਾਉਂਦਾ ਜਿਹੜਾ ਸਾਨੂੰ ਨਹੀਂ ਪਤਾ। ਉਹ ਕਹਿੰਦਾ ਉਹ ਪੰਜਾਬੀ 'ਚ ਸੋਚਦਾ, ਉਰਦੂ 'ਚ ਲਿਖਦਾ ਅਤੇ ਹਿੰਦੀ 'ਚ ਛਪਦਾ। ਮੇਰਾ ਮਤਲਬ ਕਹਿੰਦਾ ਇਹ ਇੱਕ ਦੌਰ ਐਸਾ ਆਇਆ ਕਿ ਤੁਹਾਨੂੰ ਅਨੁਵਾਦ ਵੀ ਕਰਨਾ ਪਏਗਾ ਦੂਸਰੀ ਭਾਸ਼ਾ 'ਚ ਆਪਣੀ ਗੱਲ ਪਹੁੰਚਾਉਣ ਵਾਸਤੇ, ਦੂਜੀ ਭਾਸ਼ਾ ਤੋਂ ਆਪਣੇ ਨਾਲ ਵੀ ਲਾਉਣਾ ਪਏਗਾ। ਲੇਕਿਨ ਸਭ ਤੋਂ ਬੜੀ ਗੱਲ ਹੈ ਕਿ ਜਿੰਨੀ ਦੇਰ ਤੱਕ ਤੁਹਾਨੂੰ ਆਪਣੀ ਮਾਤਰੀ ਭਾਸ਼ਾ 'ਤੇ ਕਮਾਂਡ ਨਹੀਂ ਹੋਏਗੀ ਤਾਂ ਤੁਸੀਂ ਦੂਸਰੀਆਂ ਭਾਸ਼ਾ ਦੇ ਵਿੱਚ ਐਕਸਲ ਨਹੀਂ ਕਰ ਸਕਦੇ। ਇਹ ਮੇਰਾ ਆਪਣਾ ਇੱਕ ਤਜਰਬਾ ਹੈ। ਹਾਲਾਂ ਮੈਂ ਉਰਦੂ 'ਚ ਲਿਖਦਾ, ਮੈਂ ਮਤਲਬ ਹਿੰਦੀ 'ਚ ਲਿਖਦਾ, ਪੰਜਾਬੀ 'ਚ ਥੋੜ੍ਹਾ ਲਿਖਿਆ ਹੋਏਗਾ, ਅੰਗਰੇਜ਼ੀ 'ਚ ਵੀ ਲਿਖਦਾ, ਪਰ ਮੈਨੂੰ ਇੱਕ ਗੱਲ ਦਾ ਪਤਾ ਹੁੰਦਾ ਕਿ ਜਿਹੜਾ ਮੈਂ ਪਲਾਟ ਚੁਣਦਾ ਵਾਂ ਉਹਦੀ ਸੋਚ ਮੈਨੂੰ ਮੇਰੀ ਮਾਂ ਬੋਲੀ 'ਚੋਂ ਮਿਲਣੀ ਹੈ, ਮੈਂ ਆਪਣੀ ਮਾਂ ਬੋਲੀ 'ਚ ਗੱਲ ਕਰਨੀ ਹੈ। ਜਿਵੇਂ ਕਹਿੰਦੇ ਨੇ ਜੇ ਤੁਸੀਂ ਕਿਸੇ ਦੀ ਮਾਂ ਬੋਲੀ ਜਾਣਨਾ ਹੋਵੇ ਤਾਂ ਉਹਨੇ ਥੱਪੜ ਮਾਰੋ, ਅੱਗੋਂ ਜਵਾਬ ਤੁਹਾਨੂੰ ਮਾਂ ਬੋਲੀ 'ਚ ਗਾ ਹੀ ਦੇਗਾ, ਦੂਜੀ ਬੋਲ ਹੀ ਨਹੀਂ ਸਕਦਾ। ਅਤੇ ਮਾਂ ਬੋਲੀ 'ਤੇ ਜਦੋਂ ਤੁਸੀਂ ਮਾਂ ਦਾ ਸ਼ਬਦ ਲਾਤਾ, ਇਹ ਤੋਂ ਵੱਡਾ ਹੋਰ ਉਹਦਾ ਸਨਮਾਨ ਕੀ ਹੋਊਗਾ? ਮਾਂ ਤੋਂ ਉੱਪਰ ਕੋਈ ਸਨਮਾਨ ਨਹੀਂ ਹੈ। ਅਤੇ ਸਾਨੂੰ ਇਹ ਸੋਚ ਕੇ ਗੱਲ ਨੂੰ ਇਸ ਨੂੰ ਪ੍ਰਮੋਟ ਕਰਨਾ ਚਾਹੀਦਾ। ਮੈਂ ਇਹਨਾਂ ਨੂੰ ਰਜੇਸ਼ ਜੀ ਨੂੰ ਕਹਾਂਗਾ ਕਿ ਤੁਸੀਂ ਛੋਟੇ ਛੋਟੀਆਂ ਵੀ ਗੈਟ ਟੂਗੈਦਰ ਰੱਖਿਆ ਕਰੋ, 10-20 ਉਹਦੇ ਨਾਲ ਆਦਮੀਆਂ ਦੀਆਂ ਚਰਚਾ ਗੋਸ਼ਟੀਆਂ, ਉਹਦੇ 'ਚ ਲੋਕਾਂ ਨੂੰ ਦੱਸਿਆ ਜਾਵੇ ਕਿ ਗੱਲ ਕਹਿਣ ਤਾਂ ਸਲੀਕਾ ਵੀ ਹੈ, ਕੋਈ ਸ਼ਬਦ ਤਾਂ ਬ੍ਰਹਮ ਆ। ਗੁਰੂ ਨਾਨਕ ਦੇਵ ਜੀ ਦਾ ਤੁਸੀਂ ਸਾਰਾ ਗੁਰੂ ਆਪਣਾ ਸਾਰੇ ਆਪਣੇ ਗੁਰੂਆਂ ਦਾ, ਉਹਦੇ 'ਚ ਫਾਰਸੀ ਵੀ ਆ, ਉਹਦੇ 'ਚ ਉਰਦੂ ਵੀ ਆ, ਉਹਦੇ 'ਚ ਕਿਹੜਾ ਭਾਸ਼ਾ ਨਹੀਂ? ਔਰ ਉਹ ਜਿਵੇਂ ਹੁਣ ਕੇ ਗੱਲ ਕੀਤੀ ਸੀ ਕਿ ਉਹ ਜਿਸ ਜਗ੍ਹਾ ਗਏ ਨੇ ਉਹਨਾਂ ਦੇ ਲੋਕਾਂ ਦੀਆਂ ਭਾਸ਼ਾ ਤੋਂ ਚੁਣ ਕੇ ਫਰੋ ਦਿੱਤਾ ਹੋਵੇ, ਔਰ ਇਸ ਕਰਕੇ ਉਹ ਸਰਬ ਮਾਨਿਆ। ਹਰ ਆਦਮੀ ਤੁਸੀਂ ਇਹੋ ਜਿਹੀ ਗੱਲ ਕਹੋਗੇ ਆਪਣੀ ਭਾਸ਼ਾ 'ਚ ਜਿਹੜੀ ਕਿ ਉਹ ਸਮਝ ਆ ਜਾਏ ਦੂਜਿਆਂ ਦੀ 'ਚ, ਅਤੇ ਤੁਹਾਡਾ ਵਿਸਤਾਰ ਅਤੇ ਤੁਹਾਡਾ ਐਕਨੋਲੇਜਮੈਂਟ ਆਪਣੇ ਆਪ ਹੋ ਜਾਏ। ਹੁਣ ਮੈਂ ਦੋ ਸ਼ਬਦ ਸਿਰਫ ਆਪਣੀ ਅੱਜ ਦੀ ਜਿਹੜੀ ਗੁਰੂਕਾਰਾ ਆਪਣਾ ਗੁਰਦੀਪ ਜੀ ਹੈ, ਗੁਰਦੀਪ ਕੌਰ ਖੰਨਾ ਉਰਫ ਮੀਤਾ ਖੰਨਾ। ਮੈਂ ਇੱਥੇ ਪੰਚਕੂਲਾ ਵਿੱਚ ਰਿਟਾਇਰਮੈਂਟ ਤੋਂ ਬਾਅਦ ਮਕਾਨ ਬਣਾਉਣਾ ਸ਼ੁਰੂ ਕੀਤਾ ਹੈ, ਗੱਲ ਹੈਗੀ 1998 ਦੀ। ਅਤੇ ਮੈਂ ਅਕਾਊਂਟ ਖੋਲ੍ਹਣ ਆਪਣਾ ਗਿਆ PNB ਬੈਂਕ 'ਚ, ਔਰ ਇਹ ਉੱਥੇ ਮੈਨੇਜਰ ਸਨ ਲੱਗੇ, ਅਤੇ ਮੈਂ ਅਕਾਊਂਟ ਉੱਥੇ ਨਾਲ ਖੋਲ੍ਹਿਆ। ਗੱਲਬਾਤ ਹੁੰਦੀ ਸੀ, ਇਹ ਤਾਰੀਫ ਖੂਬ ਕਰਦੇ, ਐਪਰੀਸ਼ੀਏਟ ਕਰਦੇ, ਪਰ ਉਦੋਂ ਇਹਨਾਂ ਨੇ ਅਜੇ ਮਤਲਬ ਸੁਰਾਂ ਨੂੰ ਛੇੜਨਾ ਨਹੀਂ ਸ਼ੁਰੂ ਕੀਤਾ। ਔਰ ਉਹਦੇ ਤੋਂ ਬਾਅਦ ਇਹਨਾਂ ਨੇ ਇੰਨੀ ਮਤਲਬ ਜ਼ਿਆਦਾ ਵਿਵੇਕ ਆਇਆ ਇਹਨਾਂ 'ਚ ਕਿ ਵੀ ਇਹਨਾਂ ਨੇ VRS ਲੈ ਕੇ ਅਤੇ ਇਹਨੂੰ ਸੰਗੀਤ ਨੂੰ ਅਪਣਾ ਲਿਆ।
ਇਹਨਾਂ ਦੀ ਪਹਿਲੀ ਪ੍ਰਸਤੁਤੀ ਅਸੀਂ ਇੱਥੇ ਦਿੱਤੀ ਸੀ 2007 ਦੀ ਗੱਲ ਆ ਸ਼ਾਇਦ, ਇੱਕ ਹੋਟਲ 'ਚ ਪਰਫਾਰਮੈਂਸ ਸੀ, ਬੜੇ ਅੱਛੇ ਕਾਫੀ ਬੜਾ ਲੋਕਰ ਸੀ। ਮੈਂ ਹੈਰਾਨ ਹੁੰਦਾ ਹੈ, ਮੈਨੂੰ ਵੈਸੇ ਉਸਤਾਦ ਕਹਿੰਦੇ ਨੇ, ਪਰ ਮੈਂ ਇਹਨਾਂ ਨੂੰ ਕੀ ਸਿਖਾਇਆ ਮੈਨੂੰ ਸਮਝ ਨਹੀਂ ਲੱਗਦੀ। ਇਹਨਾਂ ਨੇ ਇੱਕ ਇਹਨਾਂ ਦਾ ਬੜੱਪਣ ਹੈ, ਇਹਨਾਂ ਦੀ ਜਿਹੜੀ ਗੁਰੂ ਆਪਣਾ ਹੈਗੀ ਹੈ ਡੌਲੀ ਕਲੇਰੀਆ ਜੀ, ਉਹ ਵੀ ਉਸਤਾਦ ਕਹਿ ਦਿੰਦੀ ਹੈ, ਉਹਨੇ ਦੋ ਗਜ਼ਲਾਂ ਆਪਣੀ ਐਲਬਮ 'ਚ ਗਾਈਆਂ ਨੇ। ਇਹਨਾਂ ਦੋਵਾਂ ਦੇ ਵਿੱਚ ਇੱਕ ਮੈਂ ਸਮਝਦਾ ਵੀ ਇਹ ਗੁਣ ਹੈ ਕਿ ਇਹ ਇੱਕ ਇੱਕ ਸ਼ਬਦ ਨੂੰ ਕੰਸਲਟ ਕਰਦੇ ਵੀ ਇਹ ਸ਼ਬਦ ਜਿਹੜਾ ਹੈਗਾ ਨਾ ਉਚਾਰਨ ਕਿਵੇਂ ਹੋਏਗਾ, ਇਹ ਇੱਥੇ ਕਿਵੇਂ ਫਿੱਟ ਹੈ। ਅਗਰ ਉਹ ਸ਼ਬਦ ਤੁਸੀਂ ਗਲਤ ਸ਼ਾਇਰੀ 'ਚ ਆ ਗਿਆ ਕੋਈ ਦਾ ਵਜ਼ਨ, ਤਾਂ ਮੇਰਾ ਕੰਮ ਇਹ ਹੀ ਹੁੰਦਾ ਜੋੜ ਕੇ ਦੱਸਣਾ ਬਈ ਇਹ ਸ਼ਬਦ ਦਾ ਰਿਪਲੇਸਮੈਂਟ ਹੋ ਜਾਏ, ਤਾਂ ਉਹਦੇ ਦੇ ਨਾਲ ਅੱਗੇ ਵਧਣ ਦਾ ਸਕੋਪ ਹੈ। ਔਰ ਮੈਂ ਇਹ ਸਮਝਦਾ ਕਿ ਮੈਨੂੰ ਇਹ ਨਹੀਂ ਸੀ ਪਤਾ ਕਿ 1998 'ਚ ਮੈਂ ਜਿਹਦੇ ਕੋਲ ਆਪਣਾ ਅਕਾਊਂਟ ਖੋਲ ਰਿਹਾ ਉਹ ਮੇਰੇ ਅਕਾਊਂਟ ਖੋਲ ਲੈ ਗਿਆ ਆ ਕੇ ਬਾਅਦ ਵਿੱਚ, ਮੈਂ ਅੱਜ ਤੱਕ ਨਹੀਂ ਸੋਚਿਆ ਸੀ ਐਮਸੀਜੀਏ ਵਿੱਚ। ਔਰ ਮੈਂ ਇੱਕ ਸ਼ੇਰ ਕਹਿ ਕੇ ਅਤੇ ਆਪਣਾ ਵਿਰਾਮ ਦਿਆਂਗਾ, ਉਹ ਤੁਸੀਂ ਸੁਣੋ। ਜਜ਼ਬਾਤ ਕੇ ਲਹਿਰੇ, ਸੰਗੀਤ ਕੀ ਲਹਿਰੇ ਉੱਠਤੀ ਹੈ, ਜਜ਼ਬਾਤ ਕੇ ਧਾਰੇ ਬਹਿਤੇ ਹੈ। ਸੰਗੀਤ ਕੀ ਲਹਿਰੇ ਉੱਠਤੀ ਹੈ, ਜਜ਼ਬਾਤ ਕੇ ਧਾਰੇ ਬਹਿਤੇ ਹੈ, ਸੰਗੀਤ ਹੀ ਜਿਸਕਾ ਜੀਵਨ ਹੈ ਗੁਰਮੀਤ ਉਸੇ ਹਮ ਕਹਿਤੇ। ਅਰੇ ਕਿਆ ਬਾਤ ਹੈ ਉਨ ਫਨਕਾਰੋ ਕੀ, ਜੋ ਸ਼ੇਰ ਸੁਖਮ ਸੇ ਐ ਹਮਦਮ, ਵੀਰਾਨ ਸੀ ਬਜ਼ਮੇ ਹਸਤੀ ਕੋ ਗੁਲਜ਼ਾਰ ਬਣਾਤੇ ਰਹਤੇ।